ਬੋਲ ਰਿਹਾ ਐਡਮਿੰਟਨ ਤੋਂ ਤੇ ਮੇਰੇ ਨਾਲ ਜੁੜੇ ਹੈ ਕਮਲਦੀਪ ਜਿਹੜੇ ਇੰਡੀਆ ਤੋਂ ਆਏ ਹੈ ਰੀਸੈਂਟਲੀ। ਇਹਨਾਂ ਦੀ ਖੂਬੀ ਹੈ ਕਿ ਰੈੱਡ ਸੀਲ ਮਕੈਨਿਕ ਆਟੋਮੋਟਿਵ ਮਕੈਨਿਕ ਹੈ, ਰੈੱਡ ਸੀਲ ਕਰਨੀ ਹੈ ਆਫ ਕੋਰਸ, ਪਰ ਓਰੀਜਨਲੀ ਇਹਨਾਂ ਨੂੰ ਵੀਜ਼ਾ ਮਿਲਿਆ ਸੀ ਫੋਰ ਰੈੱਡ ਸੀਲ ਓਲੀਅਰ, ਤੇ ਬਾਅਦ 'ਚ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਜੋਬ ਵੀ ਮਿਲ ਗਈ ਹੈ ਐਂਡ ਹੀ ਇਜ਼ ਵਰਕਿੰਗ ਨਾਓ। ਸੋ ਆਓ ਪਤਾ ਕਰਦੇ ਹਾਂ ਕਿ ਵੀ ਰਿਐਲਿਟੀ ਕੀ ਹੈ। ਜਿਹੜੇ ਪਹਿਲਾਂ ਸੋਚ ਕੇ ਆਏ ਸੀ ਵੀ ਕੈਨੇਡਾ ਵਿੱਚ ਜਾ ਕੇ ਕੰਮ ਕਰਾਂਗੇ, ਆਟੋਮੋਟਿਵ ਸੈਕਟਰ ਵਿੱਚ ਪੋਟੈਂਸ਼ੀਅਲ ਹੈ ਕਿ ਨਹੀਂ ਹੈ, ਪੋਟੈਂਸ਼ੀਅਲ ਉਹਨਾਂ ਨੂੰ ਵਾਕਈ ਮਿਲਿਆ ਕੁਛ ਜਾਂ ਇਹ ਸਿਰਫ ਕਿਤਾਬੀ ਗੱਲਾਂ ਨੇ। ਕਮਲਦੀਪ ਕਿਸ ਤਰ੍ਹਾਂ ਲੱਗ ਰਿਹਾ ਕੈਨੇਡਾ ਆ ਕੇ? ਹਾਂ, ਬਹੁਤ ਵਧੀਆ ਲੱਗ ਰਿਹਾ ਜੀ ਕੈਨੇਡਾ ਆ ਕੇ। ਬਟ ਜੋ ਬੰਦਾ ਉੱਥੇ ਸੋਚਦਾ ਹੈ, ਮਤਲਬ ਇੰਡੀਆ ਦੇ ਵਿੱਚ ਤੁਹਾਡੇ ਕੋਲ ਕਿੱਦਾਂ ਬਹੁਤ ਵਧੀਆ ਐਕਸਪੀਰੀਅੰਸ ਹੁੰਦਾ ਹੈ, ਤੇ ਤੁਸੀਂ ਕਹਿੰਦੇ ਹੋ ਯਾਰ ਵੀ ਕੈਨੇਡਾ ਜਾ ਕੇ ਵੀ ਸਾਡੀ ਓਨੀ ਵੀ ਵੈਲਿਊ ਹੋਏਗੀ ਜਿੰਨੀ ਸਾਡੀ ਇੰਡੀਆ 'ਚ ਵੈਲਿਊ ਹੁੰਦੀ ਹੈ, ਰਾਈਟ? ਬਟ ਇੱਥੇ ਇੱਕ ਜਿਹੜਾ ਰੈੱਡ ਸੀਲ ਟੈਕਨੀਸ਼ੀਅਨ ਹੈ, ਰੈੱਡ ਸੀਲ ਮਕੈਨਿਕ ਹੈ, ਉਸਦੀ ਵੈਲਿਊ ਇਨ ਬਹੁਤ ਜ਼ਿਆਦਾ ਹੈ। ਅਗਰ ਤੁਹਾਡੇ ਕੋਲ 20-15-20 ਸਾਲ ਦਾ ਐਕਸਪੀਰੀਅੰਸ ਵੀ ਹੈਗਾ ਹੈ, ਤਾਂ ਵੀ ਜੇ ਰੈੱਡ ਸੀਲ ਕਿਸੇ ਨੇ ਕੀਤਾ ਹੋਇਆ ਹੈ ਤਾਂ ਰੈੱਡ ਸੀਲ ਨੂੰ ਹੀ ਪ੍ਰਾਇੋਰਿਟੀ ਦਿੰਦੇ ਨੇ ਬੰਦੇ, ਰਾਈਟ? ਇੱਥੇ ਜਿਹੜੀ ਜਿੰਨੇ ਵੀ ਆਪਾਂ ਇੰਪਲੋਇਜ਼ ਨੇ, ਓਰੀਜਿਨਲੀ ਸਭ ਤੋਂ ਪਹਿਲਾਂ ਮਿਲੇ ਸੀ, ਆਪਾਂ ਕਿਤੇ 3 ਸਾਲ ਪਹਿਲਾਂ ਮਿਲੇ ਸੀ, ਇੱਕ ਵਾਰ 3 ਇਅਰਸ ਹੋ ਗਏ ਕੋਵਿਡ ਤੋਂ ਟਵੈਂਟੀ ਪਹਿਲਾਂ। ਟਵੈਂਟੀ ਯਾ ਟਵੈਂਟੀ ਟਵੈਂਟੀ ਬਿਫੋਰ ਅਸੀਂ ਕੋਵਿਡ। ਅਸੀਂ ਕੋਵਿਡ ਤੋਂ ਪਹਿਲਾਂ ਮਿਲੇ ਸੀ ਤੇ ਤੁਸੀਂ ਆਏ ਸੀ ਮੇਰੇ ਕੋਲ ਕਿ ਮੈਂ ਜਾਣਾ ਹੈ ਕੈਨੇਡਾ, ਐਂਡ ਮੈਂ ਪੁੱਛਿਆ ਕਿਉਂ, ਐਂਡ ਦੈਨ ਯੂ ਯੂ ਟੋਲਡ ਮੀ ਕਿ ਮੇਰਾ ਰੈੱਡ ਸੀਲ ਦਾ ਐਗਜ਼ਾਮੀਨੇਸ਼ਨ ਹੈ, ਮੈਂ ਆਟੋਮੋਟਿਵ ਮਕੈਨਿਕ ਹਾਂ ਇਨ ਲੁਧਿਆਣਾ, ਐਂਡ ਯੂ ਹੈਡ ਅ ਗੁੱਡ ਜੋਬ ਲੁਧਿਆਣਾ ਵੀ, ਤੁਸੀਂ ਕਿਤੇ ਆਪਣਾ ਸਰਵਿਸ ਸੈਂਟਰ ਤੇ ਜਾਂ ਕੋਈ ਡੀਲਰਸ਼ਿਪ ਤੇ ਕੰਮ ਕਰਦੇ ਸੀ, ਯੂ ਆਰ ਮੇਕਿੰਗ ਗੁੱਡ ਸੈਲਰੀ, ਆਈ ਐਮ ਨੋਟ ਗੋਇੰ ਟੂ ਟੈਲ ਹਾਊ ਮਚ ਸੈਲਰੀ, ਬਟ ਯੂ ਆਰ ਮੇਕਿੰਗ ਗੁੱਡ ਸੈਲਰੀ ਇਨ ਪੰਜਾਬ, ਤੇ ਤੁਸੀਂ ਕਈ ਕਈ ਅਵਾਰਡ ਵੀ ਜਿੱਤੇ ਹੈ ਡੀਲਰ ਦੇ, ਕਈ ਕਾਨਫਰੰਸਿਸ ਜਾਂ ਟ੍ਰੇਨਿੰਗ ਸੈਮੀਨਾਰਸ ਇੰਡੀਆ ਅਬਰੋਡ ਥਾਈਲੈਂਡ ਸਿੰਗਾਪੁਰ ਸ਼ਾਇਦ ਇੱਧਰ ਵੀ ਕਰ ਚੁੱਕੇ ਹੋ। ਸੋ ਕਾਫੀ ਹਾਂਜੀ ਕਾਫੀ ਕਾਫੀ ਤੁਹਾਡੇ ਕੋਲ ਤਜਰਬਾ ਵੀ ਹੈ, ਕਾਫੀ ਤੁਹਾਡੇ ਕੋਲ ਕ੍ਰੈਡੈਂਸ਼ੀਅਲ ਹੈ ਆਟੋਮੋਟਿਵ ਦੇ, ਐਂਡ ਆਈ ਆਈ ਟੋਲਡ ਯੂ ਕਿ ਵੀ ਯੂ ਆਰ ਅ ਗੁੱਡ ਮਕੈਨਿਕ ਫੋਰ ਕੈਨੇਡਾ, ਤੇ ਤੁਹਾਡਾ ਰੈੱਡ ਸੀਲ ਹੋਣ ਦੀ ਬਹੁਤ ਵਧੀਆ ਚਾਂਸ ਹੈ ਕਿ ਐਨ ਹੋ ਵੀ ਜਾਓਗੇ। ਤੇ ਵਿਜ਼ਟਰ ਵੀਜ਼ਾ ਤੁਹਾਡਾ, ਤੁਸੀਂ ਜਾ ਆਏ ਸੀ ਮੇਰੇ ਕੋਲ ਵਿਜ਼ਟਰ, ਉਸ ਵਕਤ ਤੁਹਾਡਾ ਵਿਜ਼ਟਰ ਵੀਜ਼ਾ ਇੱਕ ਵਾਰ ਰਿਫਿਊਜ਼ ਹੋ ਗਿਆ ਸੀ ਸ਼ਾਇਦ ਕਿ ਨਹੀਂ? ਹਾਂਜੀ ਹਾਂਜੀ, ਇੱਕ ਵਾਰੀ ਆਪਣਾ ਰਿਫਿਊਜ਼ ਹੋਇਆ ਸੀਗਾ, ਇੱਕ ਵਾਰ ਬਟ ਵਿਜ਼ਟਰ ਵੀਜ਼ਾ ਰਿਫਿਊਜ਼ ਹੋ ਗਿਆ ਸੀ। ਓਕੇ, ਸੋ ਫਿਰ ਉਹਦੇ ਬਾਅਦ ਅਸੀਂ ਟਰਾਈ ਕੀਤਾ ਤੇ ਵਿਜ਼ਟਰ ਵੀਜ਼ਾ ਤੁਹਾਡਾ ਆ ਗਿਆ, ਲੇਕਿਨ ਕੋਵਿਡ ਕਰਕੇ ਉਹ ਕੈਂਸਲ ਹੋ ਗਿਆ, ਡੇਟ ਐਗਜ਼ਾਮੀਨੇਸ਼ਨ ਕੈਂਸਲ ਹੋ ਗਿਆ ਤੇ ਕੋਵਿਡ ਕਰਕੇ ਸਾਰਾ ਫ੍ਰੀਜ਼ ਹੋ ਗਿਆ ਕੰਮ। ਸੋ ਜੀ ਉਹ ਸਾਰਾ ਕੰਮ ਖਰਾਬ ਹੋ ਗਿਆ, ਤੇ ਫਿਰ ਮਤਲਬ ਹੁਣ ਦੁਬਾਰਾ ਡੇਟ ਲੈਣੀ ਸੀ, ਡੇਟ ਕਰਕੇ ਬਾਅਦ ਵਿਜ਼ਟਰ ਵੀਜ਼ਾ ਕਰਨਾ ਸੀ, ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਜੋਬ ਮਿਲ ਗਈ ਹੈ। ਮੈਨੂੰ ਇਹ ਦੱਸੋ ਕਿ ਲੋਕਾਂ ਨੂੰ ਇਹ ਇੰਟਰਸਟ ਜ਼ਰੂਰ ਹੈਗਾ ਕਿ ਤੁਹਾਨੂੰ ਜੋਬ ਇੰਡੀਆ ਬੈਠੇ ਬੈਠੇ ਜੋਬ ਕਿਵੇਂ ਮਿਲ ਗਈ ਹੈ ਆਟੋਮੋਟਿਵ ਮਕੈਨਿਕ ਦੀ, ਆਟੋਮੋਟਿਵ ਅਸਿਸਟੈਂਟ ਦੀ? ਐਕਚੁਅਲੀ ਸਰ, ਮੈਂ ਤੁਹਾਨੂੰ ਪਤਾ ਪਹਿਲੇ ਤੋਂ ਸਰਚ ਕਰ ਰਿਹਾ ਸੀ ਨਾ ਵੀ ਆਟੋਮੋਟਿਵ ਟੈਕਨੀਸ਼ੀਅਨ ਜੋਬ ਇਨ ਕੈਨੇਡਾ, ਅਲੱਗ ਅਲੱਗ ਪ੍ਰੋਵਿੰਸ ਵਿੱਚ ਮੈਂ ਸਰਚ ਕਰਦਾ ਸੀਗਾ। ਇਵਨ ਮੇਰੇ ਇੱਥੇ ਜਿਹੜੇ ਕੰਪਨੀਜ਼ ਨੇ, ਕੀਆ ਮੋਟਰ, ਕੀਆ ਦੀ ਕੰਪਨੀ ਹੈ, ਹੁੰਡਈ ਮੋਟਰ ਦੀ ਕੰਪਨੀ ਹੈ, ਉੱਥੇ ਮੇਰੇ ਐਚ ਆਰ ਨਾਲ ਵੀ ਡਿਸਕਸ਼ਨ ਹੋਇਆ। ਬਟ ਜਿਹੜੇ ਡੀਲਰਸ਼ਿਪ ਨੇ ਇੱਥੇ, ਵੱਡੇ ਡੀਲਰਸ਼ਿਪ ਨੇ, ਉਹ ਕਹਿੰਦੇ ਨੇ ਵੀ ਵੀ ਕਾਂਟ ਹਾਇਰ ਯੂ ਫਰੋਮ ਇੰਡੀਆ, ਯੂ ਕਮ ਇਨ ਕੈਨੇਡਾ ਦੈਨ ਡੈਫੀਨੇਟਲੀ ਵਿਲ ਹਾਇਰ ਯੂ। ਉਹ ਇੱਥੇ ਬੈਠ ਕੇ ਨਹੀਂ ਹਾਇਰ ਕਰ ਸਕਦੇ। ਫਿਰ ਮੈਂ ਦੂਸਰਾ ਸੋਚਿਆ, ਮੈਂ ਚਲੋ ਯਾਰ ਠੀਕ ਹੈ, ਹੁਣ ਫਿਰ ਆਪਾਂ ਪ੍ਰਾਈਵੇਟ ਜਿਹੜੀ ਡੀਲਰਸ਼ਿਪ ਨੇ ਜਿਹੜੀਆਂ ਦਾ ਅੱਛੀ ਰੈਪੂਟੇਸ਼ਨ ਹੈ, ਉਹਨਾਂ ਨੂੰ ਕੰਟੈਕਟ ਕੀਤਾ ਜਾਵੇ। ਤੇ ਮੈਂ ਕਾਫੀ ਲੰਬੇ ਸਮੇਂ ਤੋਂ ਟਰਾਈ ਕਰ ਰਿਹਾ ਸੀਗਾ, ਬਟ ਨਹੀਂ ਮਿਲਿਆ ਹੈਗਾ। ਬਟ ਫੋਰਚੂਨੇਟਲੀ ਮੈਨੂੰ ਇੱਥੇ ਸਸਕੈਚਵਾਨ ਦੇ ਵਿੱਚ ਰਜ਼ਾਇਨਾ ਦੇ ਵਿੱਚ ਡੀਲਰਸ਼ਿਪ ਹੈ, ਬਹੁਤ ਵਧੀਆ ਉਹਨਾਂ ਦਾ ਕ੍ਰੈਡੀਬਿਲਟੀ ਹੈ, ਤੇ ਉਹਨਾਂ ਦਾ ਮੇਰਾ ਕੰਟੈਕਟ ਹੋਇਆ ਤੇ ਉਹਨਾਂ ਨੇ ਮੇਰੀ ਇੰਟਰਵਿਊ ਲਿੱਤੀ, ਤੇ ਫਿਰ ਉਹਨਾਂ ਨੇ ਮੈਨੂੰ ਜੋਬ ਆਫਰ, ਮਤਲਬ ਆਫਰ ਕੀਤੀ। ਅੱਛਾ, ਤੇ ਤੁਹਾਨੂੰ ਜੋ ਹਾਇਰਿੰਗ ਹਾਇਰਿੰਗ ਹੋਈ ਹੈ, ਨਾਟ ਐਜ਼ ਅ ਆਟੋਮੋਟਿਵ ਮਕੈਨਿਕ ਬਟ ਐਜ਼ ਅ ਆਟੋਮੋਟਿਵ ਅਸਿਸਟੈਂਟ, ਆਈ ਥਿੰਕ। ਹਾਂ ਨਹੀਂ, ਆਟੋਮੋਟਿਵ ਟੈਕਨੀਸ਼ੀਅਨ ਜਾਂ ਆਟੋਮੋਟਿਵ ਟੈਕਨੀਸ਼ੀਅਨ ਟੈਕਨੀਸ਼ੀਅਨ ਦੱਸ ਦੱਸ, ਮਤਲਬ ਕਿ ਉਹ ਮਕੈਨਿਕ ਤੋਂ ਹੇਠਲੀ ਜਿਹੜੀ ਕੈਟਾਗਰੀ ਹੈ, ਦੱਸ ਇਜ਼ ਵਰਲਡ ਟੈਕਨੀਸ਼ੀਅਨ ਇਜ਼, ਟੈਕਨੀਸ਼ੀਅਨ ਤੋਂ ਉੱਪਰ, ਮਤਲਬ ਡਾਇਗਨੋਸਟਿਕ ਡਿਪਾਰਟਮੈਂਟਸ, ਮੇਰਾ ਕੰਮ ਹੈ ਡਾਇਗਨੋਸਟਿਕ ਯਾ ਡਿਪਾਰਟਮੈਂਟ। ਦੱਸ ਓਕੇ, ਪਰ ਤੁਹਾਨੂੰ ਤਨਖਾਹ ਜਿਹੜੀ ਹੈ ਉਹ ਰੈੱਡ ਸੀਲ ਦੀ ਤਨਖਾਹ ਤਾਂ ਨਹੀਂ ਮਿਲ ਰਹੀ ਨਾ ਇਸ ਵਕਤ? ਨੋ ਨੋ ਨੋਟ ਯੈਟ। ਰਾਈਟ, ਸੋ ਬਟ ਐਨੀਵੇ ਇਟਸ ਅ ਗੁੱਡ ਸਟਾਰਟ, ਇਟਸ ਗੁੱਡ ਲਰਨਿੰਗ ਐਕਸਪੀਰੀਅੰਸ। ਤੁਸੀਂ ਤੁਸੀਂ ਤੇ ਐਕਚੁਅਲੀ ਵੇਅਰ ਦ ਪਲੇ, ਆਈ ਐਮ ਨੋਟ ਗੋਇੰ ਟੂ ਗਿਵ ਨੇਮਸ ਆਫ ਆਫ ਬਿਕੋਜ਼ ਆਫ ਪ੍ਰਾਈਵੇਸੀ, ਯੂ ਹੈਡ ਅ ਵੈਰੀ ਗੁੱਡ ਜੋਬ, ਤੁਹਾਡੇ ਕੋਲ ਜੋਬ ਵਧੀਆ ਸੀ, ਤੁਸੀਂ ਉੱਥੇ ਕੰਮ ਕਰਦੇ ਸੀ ਗੁੜਗਾਓਂ ਵੀ, ਤੇ ਫਿਰ ਸ਼ਾਇਦ ਮੁੰਬਈ ਚਲੇ ਗਏ, ਸ਼ਾਇਦ ਉਹਦੇ ਬਾਅਦ ਕਿਤੇ ਗਏ, ਮੁੰਬਈ ਗਏ ਸੀ, ਮੁੰਬਈ ਆ। ਮੁੰਬਈ, ਹਾਂ। ਉੱਥੇ ਤੇ ਤੁਹਾਡੇ ਕੋਲ ਤੇ ਤੁਹਾਡੇ ਥੱਲੇ ਤੇ ਮੇਰੇ ਖਿਆਲ ਲੋਕ ਕੰਮ ਕਰਦੇ ਸੀ, ਯੂ ਆਰ ਅ ਮੈਨੇਜਰ ਆਫ ਟ੍ਰੇਨਿੰਗ ਵਗੈਰਾ, ਤੇ ਤੁਹਾਡੀ ਤੇ ਇੱਕ ਰੁਤਬਾ ਇੱਕ ਉਹ ਸੀ, ਇੱਥੇ ਇੱਥੇ ਕੀ ਹੈ, ਇੱਥੇ ਮੈਨੇਜਰ ਦਾ ਕੀ ਸਿਸਟਮ ਹੈ? ਇੱਥੇ ਮੈਨੇਜਰ ਦਾ ਸਿਸਟਮ ਤਾਂ ਠੀਕ ਹੈ, ਬਟ ਮੈਨੇਜਰ ਉਦੋਂ ਹੀ ਹੈ ਜਦੋਂ ਤੁਸੀਂ ਪੀਆਰ ਬਣ ਜਾਂਦੇ ਹੋ ਇੱਥੇ, ਹੈ ਨਾ? ਵਾਂਸ ਯੂ ਆਰ ਅ ਪੀਆਰ, ਅੱਛਾ, ਦੈਨ ਯੂ ਆਰ ਐਲੀਜੀਬਲ ਟੂ, ਯੂ ਨੋ, ਕਿਸੇ ਵੀ ਇੰਪਲੋਇਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਫੋਰ ਮੈਨੇਜਰ ਦੀ ਜੋਬ ਤੇ। ਅਦਰਵਾਈਜ਼ ਅਗਰ ਇੰਡੀਆ ਤੋਂ ਆ ਰਹੇ ਹੋ ਤੁਸੀਂ ਕਿਸੇ ਵਰਕ ਪਰਮਿਟ, ਤੁਹਾਨੂੰ ਟੈਕਨੀਸ਼ੀਅਨ ਦੀ ਜਾਂ ਡਾਇਗਨੋਸਟਿਕ ਡਿਪਾਰਟਮੈਂਟ ਦੇ ਵਿੱਚ ਹੀ ਜੋਬ ਮਿਲਣੀ ਹੈ ਤੁਹਾਨੂੰ। ਤੇ ਜੋ ਜੋ ਤੁਸੀਂ ਉੱਥੇ ਕੰਮ ਕਰਦੇ ਸੀ, ਜਿਵੇਂ ਜਿਸ ਤਰ੍ਹਾਂ ਇੰਜਨ ਦਾ ਕੰਮ, ਡਾਇਗਨੋਸਟਿਕ ਵਾਲਾ ਠੀਕ ਕਰਨਾ ਜਾਂ ਕੁਝ ਟ੍ਰਾਂਸਮਿਸ਼ਨ ਜਾਂ ਜੋ ਵੀ ਕੁਝ ਇੰਜਨ ਦੀ ਰਿਪੇਅਰ ਵਗੈਰਾ ਜੋ ਵੀ ਕੁਝ,
ਤੇ ਕੁਛ ਫਰਕ ਨਜ਼ਰ ਆਇਆ ਕਿ ਉਧਰ ਦੀ ਕਾਰ ਜਾਂ ਇਧਰ ਦੀ ਪ੍ਰੋਬਲਮ ਜਾਂ ਉਧਰ ਦੀ ਕਿਸ ਤਰ੍ਹਾਂ ਫਰਕ ਹੈ? ਟੋਟਲੀ ਡਿਫਰੈਂਟ, ਕਿਸ ਤਰ੍ਹਾਂ ਦਾ ਫਰਕ ਹੈ? ਇੰਜਨ ਹੁਣ ਜਿਹੜੇ ਆਪਣੇ ਇੰਡੀਆ ਦੇ ਵਿੱਚ ਮੋਸਟਲੀ ਤੁਹਾਨੂੰ ਪਤਾ ਡੀਜ਼ਲ ਇੰਜਨ ਜ਼ਿਆਦਾ ਨੇ, ਪੈਟਰੋਲ ਇੰਜਨ ਬਹੁਤ ਘੱਟ ਨੇ, ਕੈਨੇਡਾ ਦੇ ਵਿੱਚ ਮੋਸਟਲੀ ਪੈਟਰੋਲ ਜ਼ਿਆਦਾ ਨੇ, ਇੰਡੀਆ ਦੇ ਵਿੱਚ ਜਿਹੜਾ ਹਾਈਐਸਟ ਪੈਟਰੋਲ ਇੰਜਨ ਹੈ ਮਤਲਬ ਪੈਟਰੋਲ ਸੀਸੀ ਉਹਦੀ ਕੈਪੈਸਿਟੀ ਹੈ ਉਹ ਕੈਨੇਡਾ ਦੇ ਵਿੱਚ ਲੋਅਰ ਕੈਪੈਸਿਟੀ ਆ ਉਹ। ਓਕੇ, ਅਗਰ ਇੰਡੀਆ ਦੇ ਵਿੱਚ 2.0 ਲੀਟਰ ਇੰਜਨ ਉਹ ਮੰਨਦੇ ਆ ਪੈਟਰੋਲ ਦਾ, 2.4 ਮੀਲੀਅਰ ਬਹੁਤ ਵੱਡਾ ਇੰਜਨ ਹੈ, ਇੱਥੇ ਉੱਥੋਂ 2.4 ਤੋਂ ਸਟਾਰਟ ਹੁੰਦਾ ਕੈਨੇਡਾ 'ਚ। ਜੀ, ਔਰ ਇੰਡੀਆ ਦੇ ਵਿੱਚ ਕੀ ਹੈ ਕਿ ਅਗਰ ਤੁਸੀਂ ਡੀਲਰਸ਼ਿਪ 'ਚ ਕਿਤੇ ਕੰਮ ਕਰ ਰਹੇ ਹੋ, ਕਿਸੇ ਪਰਟੀਕੁਲਰ ਡੀਲਰਸ਼ਿਪ 'ਚ ਕੰਮ ਕਰ ਰਹੇ ਹੋ, ਤੁਹਾਡੇ ਕੋਲ ਪਰਟੀਕੁਲਰ ਡੀਲਰਸ਼ਿਪ ਦੀਆਂ ਗੱਡੀਆਂ ਆਉਣਗੀਆਂ ਜੀ, ਰਾਈਟ ਸਰ, ਤੇ ਤੁਹਾਨੂੰ ਪਤਾ ਹੈ ਕਿ ਕਿਹੜੀ ਗੱਡੀ ਦਾ ਕੀ ਹਿਸਾਬ ਕਿਤਾਬ ਹੈ। ਲੇਕਿਨ ਇੱਥੇ ਕੈਨੇਡਾ ਦੇ ਵਿੱਚ ਮਲਟੀ ਡੀਲਰਸ਼ਿਪ ਨੇ, ਡੋਜ ਹੈ, ਰੈਮ ਹੈ, ਜੀਪ ਹੈ, ਫੋਰਡ ਹੈ, ਅਲੱਗ ਅਲੱਗ ਤਰ੍ਹਾਂ ਦੀਆਂ ਕੰਪਨੀਆਂ ਨੇ ਤੇ ਇੰਜਨ ਬਹੁਤ ਵੱਡੇ ਨੇ ਇੱਥੇ, ਬਿਕੋਜ਼ ਆਫ ਦਾ ਲੋਅ ਟੈਂਪਰੇਚਰ ਥੋੜੀ ਟੈਕਨੋਲੋਜੀ ਦਾ ਵੀ ਡਿਫਰੈਂਟ ਹੈ ਇੱਥੇ। ਇਟਸ ਨਾਟ ਈਜ਼ੀ ਟੂ ਵਰਕ ਇਨ ਕੈਨੇਡਾ ਐਜ਼ ਅ ਮਕੈਨਿਕ ਇਫ ਯੂ ਆਰ ਨਾਟ ਇਨਫ ਐਕਸਪੀਰੀਅੰਸ ਇਨ ਇੰਡੀਆ। ਜੀ, ਪਰ ਤੁਹਾਡਾ ਤਾਂ ਐਕਸਪੀਰੀਅੰਸ, ਤਜੁਰਬਾ, ਟ੍ਰੇਨਿੰਗ, ਤੁਸੀਂ ਅਵਾਰਡ ਵੀ ਜਿੱਤੇ ਹੈ, ਕਾਫੀ ਕੁਛ ਹੈ। ਜੇ ਜੇ ਕੋਈ ਕਰ ਸਕਦਾ ਤਾਂ ਤੁਸੀਂ ਕਰ ਸਕਦੇ ਹੋ, ਜੇ ਤੁਸੀਂ ਨਹੀਂ ਕਰ ਸਕੋਗੇ ਤਾਂ ਆਈ ਕੈ ਨਾਟ ਇਮੈਜਿਨ ਕਿ ਇੰਡੀਆ ਤੋਂ ਕੋਈ ਹੋਰ ਆ ਕੇ ਕਿਵੇਂ ਸਿੱਖ ਲੇਗਾ, ਕਰ ਲੇਗਾ। ਅਤੇ ਇਸ ਲਈ ਹਾਂ, ਮੈਨੂੰ ਇੰਨੀ ਜ਼ਿਆਦਾ ਦਿੱਕਤ ਨਹੀਂ ਹੋਈ ਹੈਗੀ ਇੱਥੇ ਇਹਨਾਂ ਦੇ ਵਿੱਚ। ਠੀਕ ਹੈ, ਪਹਿਲਾਂ ਸ਼ੁਰੂ ਸ਼ੁਰੂ 'ਚ ਥੋੜ੍ਹਾ ਸਮਝਣ ਲਈ ਮੈਨੂੰ ਟਾਈਮ ਲੱਗਿਆ, ਅੱਛਾ, ਬਟ ਉਸ ਤੋਂ ਬਾਅਦ ਨਾਓ ਇਟਸ ਓਕੇ, ਹੁਣ ਕੋਈ ਜ਼ਿਆਦਾ ਹੋ ਨਹੀਂ ਹੈਗੀ। ਅੱਛਾ, ਅਤੇ ਆਲਰੇਡੀ ਤੁਸੀਂ ਇੱਥੇ ਕੰਮ ਕਰ ਰਹੇ ਹੋ, ਤੁਹਾਡੇ ਕੋਲ 1 ਸਾਲ ਦਾ 2 ਸਾਲ ਦਾ ਵਰਕ ਪਰਮਿਟ ਹੈ, ਬੇਸਡ ਔਨ LMIA, ਕਲੋਜ਼ਡ ਵਰਕ ਪਰਮਿਟ ਹੈ, ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਤਨਖਾਹ ਵਾਲੀ ਗੁਜ਼ਰ ਬਸਰ ਚੱਲ ਰਹੀ ਹੈ, ਗੱਡੀ ਸ਼ੁਰੂ ਹੋ ਗਈ, ਹੁਣ ਤੁਸੀਂ ਆਲਰੇਡੀ ਆ ਗਏ ਹੋ, ਰੈੱਡ ਸੀਲ ਦਾ ਐਗਜ਼ਾਮੀਨੇਸ਼ਨ ਜਿਹੜਾ ਤੁਸੀਂ ਪਹਿਲਾਂ ਜਿਹੜਾ ਪ੍ਰੋਜੈਕਟ ਸੀ, ਹੁਣ ਰੈੱਡ ਸੀਲ ਦਾ ਐਗਜ਼ਾਮੀਨੇਸ਼ਨ ਦਾ ਕੀ ਸਿਸਟਮ ਹੈ, ਤੁਸੀਂ ਕਦੋਂ ਦਿਓਗੇ ਜਾਂ ਦਿਓਗੇ ਨਹੀਂ ਦਿਓਗੇ, ਕੀ ਤਿਆਰੀ ਕਰੋਗੇ, ਉਹਦੇ ਬਾਰੇ ਦੱਸੋ ਕੀ ਪ੍ਰੋਬਲਮ ਹੈ? ਕੰਪਲਸਰੀ ਹੈ ਦੇਖੋ ਕੈਨੇਡਾ ਦੇ ਵਿੱਚ ਨਾ, ਰੈੱਡ ਸੀਲ ਇਜ਼ ਕੰਪਲਸਰੀ ਟ੍ਰੇਡ। ਤੇ ਮਕੈਨਿਕ ਜੇ ਤੁਸੀਂ ਹਾਇਰ ਸੈਲਰੀ, ਹੁਣ ਜਿਸ ਸੈਲਰੀ ਬੇਸ ਤੇ ਹੈਗਾ, ਮੈਂ ਮੇਰੇ ਨਾਲ ਦੇ ਦੂਸਰੇ ਲੜਕੇ ਵੀ ਨੇ ਉਹ ਰੈੱਡ ਸੀਲ ਉਹਨਾਂ ਨੇ ਕੀਤਾ ਹੋਇਆ, ਪਾਸ ਕਲੀਅਰ ਕੀਤਾ ਹੋਇਆ, ਉਹਨਾਂ ਦੀ ਮੱਚ ਬੈਟਰ ਸੈਲਰੀ ਹੈ ਫਰੋਮ ਮਾਈ ਸਾਈਡ, ਮੇਰੇ ਤੋਂ ਵੱਧ ਸੈਲਰੀ ਉਹਨਾਂ ਦੀ, ਤੇ ਮੇਰੇ ਉਹਨਾਂ ਨੇ ਮੇਰੇ ਇਹ ਡਿਸਕਸ ਕੀਤੇ ਹੈ। ਕੰਪਨੀ ਵੀ, ਸਾਰੀ ਕੰਪਨੀ ਵੀ ਚਾਹੁੰਦੇ ਨੇ ਕਿ ਜਦੋਂ ਬੰਦਾ ਜਰਨੀ ਪਰਸਨ ਹੋ ਜਾਂਦਾ, ਰੈੱਡ ਸੀਲ ਹੋ ਜਾਂਦਾ, ਤੇ ਉਹਨਾਂ ਦੀ ਸੈਲਰੀ ਜੋ ਮਿਨੀਮਮ ਵੇਜਸ ਨੇ ਕੈਨੇਡਾ, ਆਈ ਥਿੰਕ $35, $40, $45, $50 ਤੱਕ ਵੀ ਜਾਂਦਾ ਇੱਥੇ ਕੈਨੇਡਾ 'ਚ ਐਸ ਪਰ ਦਾ ਰੈੱਡ ਸੀਲ ਕੈਟੇਗਰੀ। ਜਿਹੜੇ ਲੋਕ ਤੁਹਾਡੇ ਨਾਲ ਕੰਮ ਕਰਦੇ ਆ, ਉਹਨਾਂ ਵਿੱਚੋਂ ਕੋਈ ਹੈ ਜਿਹੜਾ ਰੀਸੈਂਟਲੀ ਜਿਹਨਾਂ ਨੇ ਰੈੱਡ ਸੀਲ ਪਾਸ ਕੀਤਾ ਹੈ, ਤੁਹਾਨੂੰ ਕੋਈ ਫੀਡਬੈਕ ਦਿੱਤੀ ਹੈ ਕਿ ਰੈੱਡ ਸੀਲ ਪਾਸ ਕਰਨਾ ਇੱਦਾਂ ਮੁਸ਼ਕਿਲ ਹੈ ਵਗੈਰਾ? ਯਾ, ਲਾਸਟ ਮੰਥ ਜਿਹੜੇ ਮੇਰੇ ਫੋਰਮੈਨ ਇੱਥੇ, ਲਾਸਟ ਮੰਥ ਹੀ ਉਹਨਾਂ ਨੇ ਰੈੱਡ ਸੀਲ ਐਗਜ਼ਾਮ ਕਲੀਅਰ ਕੀਤਾ ਹੈ, ਤੇ ਉਹਨਾਂ ਨੇ ਸਟੱਡੀ ਕੀਤੀ ਇੱਥੇ ਪਹਿਲਾਂ ਤਾਂ, ਕਿਉਂਕਿ ਰੈੱਡ ਸੀਲ, ਅਤੇ ਮੈਂ ਉਹਨਾਂ ਨੂੰ ਕਿਹਾ ਯਾਰ ਮੇਰੇ ਕੋਲ ਇੰਨਾ ਐਕਸਪੀਰੀਅੰਸ ਹੈਗਾ, ਤੁਸੀਂ ਮੈਨੂੰ ਕੁਛ ਕੁਸ਼ਚਨ ਪੇਪਰ ਦੇ ਦਿਓ, ਮੈਂ ਕਿੱਥੋਂ ਸਟੱਡੀ ਕਰਾਂ, ਹੈ ਨਾ, ਜਿਸ ਕਰਕੇ ਮੈਂ ਉਹਨੂੰ ਈਜ਼ੀ ਕਰੈਕ ਕਰ ਸਕਾਂ। ਬਟ ਉਹ ਕਹਿੰਦੇ ਇਟਸ ਨਾਟ ਅ ਈਜ਼ੀ, ਜਿਹੜਾ ਤੁਹਾਡਾ ਰੈੱਡ ਸੀਲ ਦਾ ਐਗਜ਼ਾਮ ਹੈ, ਇਟਸ ਨਾਟ ਅ ਈਜ਼ੀ ਕਿ ਤੁਹਾਨੂੰ ਕੋਈ ਵੀ ਕੁਸ਼ਚਨ ਆ ਗਏ ਤੁਸੀਂ ਉਹਦੇ ਸਟੇਟ ਵੇ ਆਨਸਰ ਦੇ ਤੇ। ਰੈੱਡ ਸੀਲ ਦਾ ਮਤਲਬ ਹੈ ਯੂ ਨੋ ਈਚ ਐਂਡ ਐਵਰੀ ਆਟੋਮੋਟਿਵ ਟੈਕਨੋਲੋਜੀ, ਈਵਨ ਇਨ ਟਰੱਕ ਐਂਡ ਬੱਸਿਸ, ਉਹਦੇ ਵਿੱਚ ਬੱਸ ਦੇ ਕੁਸ਼ਚਨ ਵੀ ਆਉਂਦੇ ਨੇ, ਟਰੱਕ ਦੇ ਕੁਸ਼ਚਨ ਵੀ ਆਉਂਦੇ ਨੇ, ਹਾਈਡ੍ਰੋਲਿਕ ਸਿਸਟਮ ਦੇ ਕੁਸ਼ਚਨ ਆਉਂਦੇ ਨੇ, PTO ਦੇ ਕੁਸ਼ਚਨ ਆਉਂਦੇ ਨੇ, ਜਿਹੜੇ ਕਿ ਇੰਡੀਆ 'ਚ ਓਨਲੀ ਕਮਰਸ਼ੀਅਲ ਬੇਸ ਕੁਸ਼ਚਨ ਨੇ ਉਹ ਜੀ, ਤੇ ਉਹਦੇ ਲਈ ਵੀ, ਉਹਦੇ ਲਈ ਫਿਰ ਤਿਆਰੀ ਕਰਨੀ ਪੈਂਦੀ ਹੈ। ਕੁਛ ਸਾਈਟਸ ਹੈਗੀਆਂ ਨੇ ਜਿੱਥੋਂ ਤੁਸੀਂ ਆਨਲਾਈਨ ਬਾਏ ਕਰ ਸਕਦੇ ਹੋ ਕੁਸ਼ਚਨ ਆਨਸਰ, ਰਾਈਟ ਜੀ। ਪਰ ਜੇ ਇਹ ਜਿਹੜੇ ਤੁਹਾਡੇ ਜਿਹੜੇ ਕਲੀਗ ਹੈ ਜਿਹਨਾਂ ਨੇ ਪਾਸ ਕੀਤਾ, ਉਹ ਆਲਰੇਡੀ ਇੱਥੇ ਕੋਰਸ ਅਟੈਂਡ ਕਰ ਚੁੱਕੇ ਹੈ, ਲੋਕਲ ਰਜਾਇਨਾ ਕਰ ਚੁੱਕੇ ਹੈ, ਸੋ ਉਹਨਾਂ ਨੂੰ ਇੱਕ ਮਤਲਬ ਕਿ ਕਾਲਜ ਦੀ ਟ੍ਰੇਨਿੰਗ ਵਗੈਰਾ ਜੋ ਪੜ੍ਹਾਈ ਫਾਰਮਲ ਕਰ ਚੁੱਕੇ ਹੈ, ਪਰ ਤੁਹਾਡੀ ਕੀ ਸਟ੍ਰੈਟਜੀ ਹੈ? ਤੁਸੀਂ ਤਾਂ ਹੁਣ ਪੜ੍ਹਨਾ ਨਹੀਂ ਹੈ, ਤੁਸੀਂ ਕਿਸ ਤਰ੍ਹਾਂ ਪਲੈਨਿੰਗ ਕਰੋਗੇ? ਤੁਹਾਨੂੰ ਮਤਲਬ ਆਈਡੀਆ ਲੱਗਿਆ ਕਿ ਮੁਸ਼ਕਿਲ ਇਗਜ਼ਾਮ ਹੈ, ਮਤਲਬ ਬਗੈਰ ਤਿਆਰੀ ਤਾਂ ਹੋਣਾ ਨਹੀਂ ਹੈ? ਨਹੀਂ, ਫਿਰ ਜਿਹੜਾ ਜਿਹੜੇ ਪੈਟਰਨ ਨੇ ਉਹਨਾਂ ਦੇ, ਜਿਵੇਂ ਉਹਨਾਂ ਦੀ ਸਾਈਡ ਤੇ, ਰੈੱਡ ਸੀਲ ਦੀ ਸਾਈਡ ਦੇ ਉੱਪਰ ਪੈਟਰਨ ਨੇ, ਲੋਕਲ ਸਾਈਡ ਤੋਂ ਪੈਟਰਨ ਨੇ, ਕੁਸ਼ਚਨ ਆਨਸਰ ਦੇ ਕੀ ਪੈਟਰਨ ਆਣਗੇ। ਐਕਚੁਅਲੀ ਇਹਦੇ ਵਿੱਚ ਜਿਹੜੀ ਤੁਹਾਡੀ ਸਭ ਕੈਟਾਗਰੀ ਨੇ ਵੀ, ਇੰਜਨ ਦੇ ਵਿੱਚੋਂ 20 ਕੁਸ਼ਚਨ ਆਉਣੇ ਆ, ਟ੍ਰਾਂਸਮਿਸ਼ਨ ਚੋਂ 30 ਆਉਣੇ ਨੇ, ਸਸਪੈਂਸ਼ਨ ਚੋਂ 50 ਆਉਣੇ ਨੇ, ਤਾਂ ਉਸ ਕੈਟਾਗਰੀ ਦੇ ਮੁਤਾਬਿਕ ਤੁਸੀਂ ਪ੍ਰਿਪਰੇਸ਼ਨ ਕਰ ਸਕਦੇ ਹੋ। ਇੱਕ ਹੈ ਓਵਰਆਲ ਕੁਸ਼ਚਨ ਪੈਟਰਨ ਕਿ ਯਾਰ ਮੈਨੂੰ ਕੋਈ ਵੀ ਕੁਸ਼ਚਨ ਆ ਸਕਦਾ, ਬਟ ਇਫ ਯੂ ਨੋ ਕਿ ਮੈਨੂੰ ਇੰਜਨ ਦੇ ਵਿੱਚੋਂ, AMS ਦੇ ਵਿੱਚੋਂ, ਇਲੈਕਟ੍ਰੀਕਲ ਦੇ ਵਿੱਚੋਂ ਮੈਨੂੰ ਇੰਨੇ ਇੰਨੇ ਕੁਸ਼ਚਨ ਆਉਣੇ ਨੇ, ਤਾਂ ਤੁਸੀਂ ਉਸ ਹਿਸਾਬ ਨਾਲ ਪ੍ਰਿਪਰੇਸ਼ਨ ਕਰ ਸਕਦੇ ਹੋ। ਔਰ ਉਹਨਾਂ ਕੋਲ ਜਿਹੜੇ ਮੇਰੇ ਫੋਰਮੈਨ ਨੇ ਜਿਨ੍ਹਾਂ ਨੇ ਰੈੱਡ ਸੀਲ ਕੀਤਾ, ਉਹਨਾਂ ਕੋਲ ਨੋਟਸ ਸੀਗੇ, ਇੰਸਟ੍ਰਕਟਰ ਦੇ ਨੋਟਸ ਸੀਗੇ, ਉਹਨਾਂ ਦੀ ਬੁੱਕਸ ਸੀਗੀਆਂ, ਅਸੈਸਮੈਂਟ ਪੋਲੀਟਿਕ ਕਾਲਜ ਹੈ ਜਿਹੜਾ, ਰਜ਼ਾਈਨਾਂ ਦਾ ਪੋਲੀਟਿਕ ਕਾਲਜ ਹੈ, ਤੇ ਉੱਥੋਂ ਉਹਨਾਂ ਦੀ ਜਿਹੜੀ ਬੁੱਕ ਲਿਆਉਂਦੇ ਨੇ, ਮੈਂ ਉਹਨਾਂ ਨੂੰ ਵੀ ਰੀਡ ਕਰ ਰਿਹਾ, ਹੈ ਨਾ, ਕਿ ਕੁਛ ਉਹਦੇ ਵਿੱਚ ਇਨਫੋਰਮੇਸ਼ਨ ਮਿਲਦੀ ਹੈ। ਜੀ ਜੀ ਜੀ, ਐਗਜ਼ਾਮੀਨੇਸ਼ਨ ਤੁਸੀਂ ਸੈਸਕੈਚੁਅਨ ਦੇਣਾ ਹੈ ਜਾਂ BC ਓਨਟਾਰੀਓ, ਇਹ ਪਤਾ ਕਰ ਲਿਆ ਕਿ ਕਿੱਥੇ ਥੋੜ੍ਹਾ ਈਜ਼ੀ ਹੈ, ਫਲੈਕਸੀਬਲ ਹੈ, ਕੁਛ ਇਸ ਤਰ੍ਹਾਂ? ਨਹੀਂ, ਪੂਰੇ ਕੈਨੇਡਾ ਦੇ ਵਿੱਚ ਤਾਂ ਜਿਹੜੇ ਕੁਸ਼ਚਨ ਸੇਮ ਨੇ ਪੂਰੇ ਕੈਨੇਡਾ ਦੇ ਵਿੱਚ। ਓਕੇ, ਜਿਹੜੇ ਰੈੱਡ ਸੀਲ ਅਥਾਰਟੀ ਆ ਉਹਨਾਂ ਦੇ ਅਲੱਗ ਅਲੱਗ, ਜਿਵੇਂ
ਉਹ ਸ਼ਫਲ ਹੁੰਦਾ ਰਹਿੰਦਾ ਹੈ ਹਰ ਇੱਕ ਪ੍ਰੋਵਿੰਸ ਦੇ ਵਿੱਚ, ਬਟ ਅਥਾਰਿਟੀ ਕੋਈ ਹੈ ਜਿਹੜੀ ਇਹਨੂੰ ਅਪਰੂਵ ਕਰਦੀ ਹੈ ਕੁਐਸਚਨ ਆਨਸਰ ਨੂੰ। ਜੀ 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 ਠੀਕ ਹੈ। ਟੈਸਟ ਡੇਟ ਰਜਿਸਟ੍ਰੇਸ਼ਨ ਕਰ ਰਹੇ ਆ ਕਿ ਹਾਲੀ ਸੋਚ ਰਹੇ ਹਾਂ ਤਿਆਰੀ ਕਰਕੇ ਕਰਾਂਗੇ, ਕਿਉਂਕਿ ਤੁਹਾਡੇ ਕੋਲ ਤਾਂ 2 ਸਾਲ ਹੈ, ਯੂ ਕੈਨ ਥਿੰਕ ਅਬਾਊਟ ਇਟ, ਇਸ ਤਰ੍ਹਾਂ ਕੋਈ ਚੱਕਰ ਜਾਂ ਕੋਈ ਕੋਈ ਜਲਦਬਾਜ਼ੀ ਤਾਂ ਹੈ ਨਹੀਂ। ਹਾਂਜੀ ਹਾਂਜੀ, ਹੁਣ ਮੈਂ ਉਹੀ ਸੋਚ ਰਿਹਾ ਜੀ, ਇੱਕ ਵਾਰੀ ਰਜਿਸਟ੍ਰੇਸ਼ਨ ਕਰਾਂ ਅਤੇ ਦੁਬਾਰਾ ਤੋਂ ਮੈਨੂੰ ਐਗਜ਼ਾਮ ਦੀ ਡੇਟ ਲਵਾਂ। ਕਿਉਂਕਿ ਰਜਿਸਟ੍ਰੇਸ਼ਨ ਕਰੋਗੇ ਫੀਸ ਦੇਣੀ ਪੈਗੀ ਫਿਰ, ਮੇਰੇ ਖਿਆਲ $700-$600 ਫਿਰ ਫੀਸ ਹੈ ਸ਼ਾਇਦ, ਰਾਈਟ ਕਿ ਨਹੀਂ? $125 ਨੇ ਜੀ ਇਹਨਾਂ ਨੇ, ਹੁਣ 1 ਜਨਵਰੀ ਤੋਂ 125 ਕਰਕੇ, ਪਹਿਲਾਂ $100 ਸੀ, ਹੁਣ ਇਹਨਾਂ ਨੇ 125 ਕਰ। ਅੱਛਾ ਅੱਛਾ ਚਲੋ, ਉਹ ਵੀ ਚਲੋ ਠੀਕ ਹੈ। ਅੱਛਾ ਤੁਹਾਡੀ ਤਾਂ ਅਸੈਸਮੈਂਟ ਪਹਿਲਾਂ ਦੀ ਹੋ ਚੁੱਕੀ ਹੈ, ਜਿਹੜੀ ਉਹ ਜਿਹੜੀ ਵਰਕ ਜਿਹੜਾ ਨਵਾਂ ਬੰਦਾ ਹੈ, ਜਿਹੜਾ ਨਵਾਂ ਬੰਦਾ ਹੈਗਾ ਉਹਨੂੰ $400-450 ਲਗਾਉਣਾ ਪੈਣਾ। ਹਾਂ ਉਹ ਦੇਗਾ ਪੁਰਾਣੇ, ਉਹ ਅਸੈਸਮੈਂਟ ਤੁਹਾਡੇ ਵਰਕ ਐਕਸਪੀਰੀਅੰਸ ਨੂੰ ਕਰਨ ਲਈ ਉਹ $400 ਦੇਗਾ। ਠੀਕ ਹੈ। ਜਾਂ ਔਰ ਇੱਕ ਬੜੀ ਇੰਪੋਰਟੈਂਟ ਹੈ ਕਿ ਪੂਰੇ ਕੈਨੇਡਾ ਸਿਰਫ ਸਸਕੈਚਵਾਨ ਹੀ ਕਿਸ ਤਰ੍ਹਾਂ ਦੀ ਸਟੇਟ ਹੈ ਜਿਹੜੀ ਕਿ ਤੁਹਾਡੀ ਜਿਹੜੀ ਤੁਹਾਡੀ ਅਸੈਸਮੈਂਟ ਲੈਟਰ ਦਿੰਦੀ ਹੈ ਤੁਹਾਨੂੰ ਅਪਰੂਵਡ ਕਰਦੀ ਹੈ, ਉਹਦੀ ਕੋਈ ਵੈਲਿਡਿਟੀ ਨਹੀਂ ਹੈ। ਅਦਰਵਾਈਜ਼ ਪੂਰੇ ਕੈਨੇਡਾ 'ਚ ਓਨਲੀ 1 ਈਅਰ ਦੀ ਵੈਲਿਡਿਟੀ ਹੈ, ਚਾਹੇ ਤੁਸੀਂ BC ਚਲੇ ਜਾਓ, ਚਾਹੇ ਓਨਟਾਰੀਓ ਚਲੇ ਜਾਓ, ਤੁਹਾਨੂੰ ਦੁਬਾਰਾ ਤੋਂ ਮਤਲਬ ਪੈਸੇ ਲਗਾਉਣੇ ਪੈਣੇ, ਦੁਬਾਰਾ ਤੁਹਾਨੂੰ ਅਪਰੂਵਲ ਲੈਣੀ ਪੈਣੀ। ਸਸਕੈਚਵਾਨ ਦੇ ਵਿੱਚ ਨਹੀਂ, ਇੱਕ ਵਾਰੀ ਤੁਸੀਂ ਪੇ ਕਰਤਾ, ਇਫ ਯੂ ਆਰ ਅਪਰੂਵਡ ਦੈਨ ਯੂ ਕੈਨ ਬੁੱਕ ਐਗਜ਼ਾਮ ਕਦੋਂ ਵੀ ਕਰ ਸਕਦੇ ਹੋ। ਇਹ ਵਾਲੇ ਰਾਜ ਦੀ ਗੱਲ ਦੱਸੀ ਕਿ ਬਈ ਇੱਥੇ ਸਸਕੈਚਵਾਨ ਮਤਲਬ ਕਿ ਅਨਲਿਮਿਟਿਡ ਵੈਲਿਡਿਟੀ ਹੈ ਉਹਦੀ। ਠੀਕ ਹੈ ਠੀਕ ਹੈ ਜੀ। ਮੈਨੂੰ ਇਹ ਦੱਸੋ ਕਿ ਬਈ ਤੁਸੀਂ ਤਾਂ ਦੇਖੋ, ਮੈਂ ਤੁਹਾਨੂੰ ਮਿਲਿਆ ਸੀ ਇੱਥੇ ਦਿੱਲੀ ਗੁੜਗਾਓਂ ਤੁਹਾਡੀ ਜੋਬ, ਫਿਰ ਤੁਸੀਂ ਮੁੰਬਈ ਚਲੇ ਗਏ, ਆਈ ਡੂ ਨਾਟ ਨੋ। ਤੁਹਾਡੀ ਕਰੀਬ ਕਰੀਬ 80,000 90,000 ਤਨਖਾਹ ਸੀ ਇੰਡੀਆ, ਅਤੇ ਤੁਹਾਡਾ ਗੁਜ਼ਾਰਾ ਵਧੀਆ ਚੱਲਦਾ ਸੀ। ਉਸ ਲੈਵਲ ਦਾ ਗੁਜ਼ਾਰਾ ਕਰਨ ਲਈ ਇੱਥੇ ਸੈਸਕਚਵਨ ਕਿੰਨੇ ਕੁ ਸੈਲਰੀ ਦੀ ਲੋੜ ਹੋਏਗੀ, ਜਿਹੜੇ ਤੁਹਾਡੇ ਵਰਗੇ ਲੋਕ ਆ ਰਹੇ ਸੋਚ ਰਹੇ ਕਿ ਵੀ ਸੈਸਕਚਵਨ ਜਾ ਕੇ ਮੈਂ ਪੈਸੇ ਕਮਾ ਲੈਣੇ, ਫਲਾਣਾ ਕਰ ਲੈਣਾ, ਕਿੰਨੀ ਕੁ ਇਨਕਮ ਦੀ ਲੋੜ ਹੈ ਜਸਟ ਟੂ ਮੇਨਟੇਨ ਦੈਟ ਸਟਾਈਲ ਆਫ 90,000 ਰੁਪੀਜ਼ ਪਰ ਮੰਥ ਇਨ ਇੰਡੀਆ? ਦੇਖੋ, ਜਦੋਂ ਮੈਂ ਵੀ ਕੈਨੇਡਾ ਤੋਂ ਆਉਣਾ ਸੀਗਾ, ਮੇਰੇ ਕਾਫੀ ਫਰੈਂਡਸ ਇੱਥੇ, ਮੇਰਾ ਮੈਂ ਵੀ ਉਹਨਾਂ ਨੇ ਇਹੀ ਕੁਐਸਚਨ ਪੁੱਛਿਆ ਜੋ ਤੁਸੀਂ ਮੈਨੂੰ ਕੁਐਸਚਨ ਪੁੱਛ ਰਹੇ ਹੋ ਸੇਮ, ਯਾਰ ਮੇਰੀ ਇੰਨੀ ਸੈਲਰੀ ਸੀਗੀ ਅਤੇ ਮੈਂ ਹੁਣ ਆਵਾਂ, ਹਰੇਕ ਨੇ ਮੈਨੂੰ ਜਵਾਬ ਦਿੱਤਾ ਨੋ, ਡੋਂਟ ਕਮ ਟੂ ਕੈਨੇਡਾ, ਰਾਈਟ? ਇਫ ਯੂ ਆਰ ਇਨ ਗੁੱਡ ਪੋਜੀਸ਼ਨ ਇਨ ਇੰਡੀਆ, ਇਫ ਯੂ ਆਰ ਅਰਨਿੰਗ 1 ਲੱਖ ਰੁਪੀਜ਼ ਇਨ ਅ ਮੰਥ, ਦੈਨ ਯੂ ਆਰ ਮਚ ਮਚ ਯੂ ਨੋ ਬੈਟਰ ਪੋਜੀਸ਼ਨ ਵਿੱਚ ਹੋ ਇੰਡੀਆ ਦੇ ਵਿੱਚ। ਬਟ ਸਮ ਟਾਈਮ ਕੀ ਹੈ ਕਿ ਮਨੀ ਡਜ਼ਨਟ ਮੈਟਰ, ਤੁਸੀਂ ਥੋੜ੍ਹਾ ਲਾਈਫ ਸਟਾਈਲ ਦੇਖਣ ਲਈ ਆਉਂਦੇ ਹੋ, ਬਟ ਜਦੋਂ ਤੁਸੀਂ ਆਉਂਦੇ ਹੋ ਫਿਰ ਟੋਟਲੀ ਡਿਫਰੈਂਟ ਹੋ ਜਾਂਦੀਆਂ ਨੇ ਉਹ ਚੀਜ਼ਾਂ, ਉਹ ਪੂਰਾ ਸਿਨੈਰੀਓ ਚੇਂਜ ਹੀ ਹੋ ਜਾਂਦਾ ਇੱਥੇ ਆ ਕੇ, ਕਿ ਨਹੀਂ ਯਾਰ ਹੋ ਸਕਦਾ ਵੀ ਇੰਡੀਆ ਸੀਖ ਸੀਗਾ 1 ਲੱਖ ਰੁਪਏ ਦੇ ਵਿੱਚ 90,000 ਦੇ ਵਿੱਚ, ਇੱਥੇ ਆ ਕੇ ਪੈਸੇ ਕਮਾਉਣਾ ਇਟਸ ਨੋਟ ਅ ਈਜ਼ੀ ਜੋਬ ਸਰ, ਕੋਈ ਫੋਰ ਅਗਰ ਤੁਸੀਂ ਵਰਕ ਪਰਮਿਟ ਦੇ ਜਾਂ ਕਿਸੇ ਟੈਕਨੀਕਲ ਕੰਮ 'ਚ ਆਉਂਦੇ ਹੋ। ਕਿਉਂਕਿ ਇੰਡੀਆ ਦੇ ਤੁਸੀਂ ਮੈਨੇਜਰ ਬਣ ਕੇ ਲੋਕਾਂ ਨੂੰ ਡਾਇਰੈਕਸ਼ਨ ਦਿੰਦੇ ਹੁੰਦੇ ਕਿ ਵੀ ਆਹ ਕਰ ਲਓ ਆਹ ਕਰੋ, ਸੁਪਰਵਾਈਜ਼ ਕਰਨਾ ਫਲਾਣਾ, ਇੱਥੇ ਤੁਸੀਂ ਆਪ ਹੀ ਮਜ਼ਦੂਰੀ ਕਰਨੀ ਹੈ ਕਿ ਨਹੀਂ? ਇੱਥੇ ਤਾਂ ਤੁਸੀਂ, ਮੇਰੇ ਖਿਆਲ ਆਈ ਥਿੰਕ ਯੂ ਆਰ ਦਾ ਲੋਸਟ ਵਨ, ਤੁਹਾਡੇ ਤੇ ਥੱਲੇ ਕੋਈ ਹੈ ਨਹੀਂ, ਮਤਲਬ ਯੂ ਆਰ ਦਾ ਲੋਸਟ, ਤੁਹਾਨੂੰ ਲੋਕਾਂ ਨੇ ਆਰਡਰ ਕਰੀ ਜਾਣਾ ਆਹ ਵੀ ਕਰ ਆਹ ਵੀ ਕਰ ਆਹ ਵੀ ਕਰ, ਤੁਸੀਂ ਮਨਾ ਵੀ ਨਹੀਂ ਕਰ ਸਕਦੇ। ਮੇਰੀ ਥੋੜ੍ਹੀ ਪੋਜੀਸ਼ਨ ਚੇਂਜ ਹੈ, ਮੈਂ ਥੋੜ੍ਹਾ ਜਿਹਾ ਇੱਕ ਡਾਇਗਨੋਸਟਿਕ ਡਿਪਾਰਟਮੈਂਟ ਦੇ ਵਿੱਚ ਹੈ, ਜਿਸ ਕਰਕੇ ਮੈਨੂੰ ਥੋੜ੍ਹਾ ਈਜ਼ੀ ਹੋ ਜਾਂਦਾ ਹੈ ਨਾ, ਵੀ ਮੇਰੇ ਨੀਚੇ ਵੀ ਬੰਦੇ ਹੈਗੇ ਨੇ ਜਿਹੜੇ ਹੈਲਪਰ ਨੇ, ਜੋ ਜੂਨੀਅਰ ਲੋਕ ਹੈਗੇ ਨੇ ਇੱਥੇ ਜਿਹੜੇ ਨਵੇਂ ਸਟਾਰਟ, ਜਿਹਨਾਂ ਨੇ ਨਵਾਂ ਸਟਾਰਟ ਕੰਮ ਕੀਤਾ ਹੈ। ਬਾਕੀ ਜਿਹੜਾ ਇੰਡੀਆ ਦੇ ਵਿੱਚ ਐਕਚੁਅਲ 'ਚ ਹੈਂਡ ਔਨ ਜੋਬ ਹੈਂਡ ਵਰਕ ਕਰ ਰਿਹਾ ਹੈ, ਉਹੀ ਇੱਥੇ ਆ ਕੇ ਕੰਮ ਕਰ ਸਕਦਾ, ਅਦਰਵਾਈਜ਼ ਨਹੀਂ ਕੰਮ ਕਰ ਸਕਦਾ। ਕਿ ਕੋਈ ਬੰਦਾ ਕਹੇ ਜੀ ਮੈਂ 10 ਸਾਲ ਪਹਿਲਾਂ ਕੰਮ ਛੱਡ ਚੁੱਕਿਆ, ਹੁਣ ਮੈਂ ਉੱਥੇ ਮੈਨੇਜਰ ਹੈ, ਠੀਕ ਹੈ ਅਸੀਂ ਮੈਨੇਜਰ ਸੀਗੇ, ਬਟ ਟ੍ਰੇਨਿੰਗ ਡਿਪਾਰਟਮੈਂਟ ਵਿੱਚ ਅਸੀਂ ਖੁਦ ਹੱਥ ਨਾਲ ਕੰਮ ਕਰਦੇ ਸੀਗੇ, ਬੱਚਿਆਂ ਨੂੰ ਸਿਖਾਉਂਦੇ ਸੀਗੇ ਵੀ ਯਾਰ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ, ਅਸੀਂ ਕਦੇ ਟੂਲ ਨਹੀਂ ਛੱਡੇ ਹੈਗੇ। ਤੁਹਾਨੂੰ ਡਾਇਲੋਗ ਇੱਕ ਆਪਣੇ ਤੋਂ, ਚਲੋ ਵੀਡੀਓ ਕਾਲ ਹੋ ਰਹੀ ਹੈ, ਤੁਹਾਨੂੰ ਸੰਨੀ ਦਿਓਲ ਦਾ ਇੱਕ ਡਾਇਲੋਗ ਯਾਦ ਹੋਏਗਾ ਕਿ ਯਾਰ ਹਥਿਆਰ ਆਪਾਂ ਚਲਾਉਣੇ ਛੱਡਦੇ ਹਾਂ ਬਟ ਭੁੱਲੇ ਨਹੀਂ ਹੈਗੇ ਕਿ ਕਿਵੇਂ ਚੱਲਦੇ ਨੇ। ਉਹ ਗੱਲ ਯਾਦ ਰੱਖਣੀ ਹੈ ਮੈਨੂੰ ਵੀ, ਤੁਸੀਂ ਇੰਡੀਆ ਦੇ ਵਿੱਚ ਹੀ ਹੋ ਤਾਂ ਵੀ ਤੁਸੀਂ ਕੰਮ ਨਾਲ ਦੇ ਨਾਲ ਕਰਦੇ ਰਹੋ, ਤਾਂ ਕਿ ਕੈਨੇਡਾ ਜਾ ਕੇ ਇਮੀਡੀਏਟਲੀ ਤੁਹਾਡੇ ਕੋਲ ਪ੍ਰੈਸ਼ਰ ਨਾ ਆਵੇ ਯਾਰ, ਉਹ ਯਾਰ ਮੈਂ ਕਿੱਥੇ ਆ ਗਿਆ, ਇਹਦਾ ਕੰਮ ਬੜਾ ਮੁਸ਼ਕਿਲ ਹੈ। ਔਰ ਇੰਡੀਆ ਦੇ ਵਿੱਚ ਤੁਸੀਂ ਇੱਕ ਜੋਬ ਨੂੰ 2-2 ਬੰਦੇ ਕਰਦੇ ਹੋ, ਇੱਥੇ ਇੱਕ ਜੋਬ ਨੂੰ ਸਿਰਫ 21 ਬੰਦਾ ਕਰੇਗਾ ਜੀ, ਇਹ ਬਹੁਤ ਬੜਾ ਹੋਗਾ। ਕੋਈ ਡੂ ਯੂ ਡੋਂਟ ਯੂ ਨੋ ਡੂ ਨੋਟ ਹੈਵ ਐਨੀ ਹੈਲਪਰ ਹੇਅਰ ਇਨ ਕੈਨੇਡਾ, ਕੋਈ ਹੈਲਪ ਨਹੀਂ ਤੁਹਾਨੂੰ ਮਿਲ ਰਿਹਾ ਹੈ। ਜੇਕਰ ਕੰਮ ਕਿਸੇ ਨੂੰ ਨਹੀਂ ਆਉਂਦਾ ਤੇ ਉਹ ਫਾਰਿਗ ਹੋ ਜਾਏਗਾ ਇਮੀਡੀਏਟਲੀ ਫਿਰ। ਡੈਫੀਨਿਟਲੀ ਸਰ, ਫਿਰ ਉਹ ਮਨੀ ਵੇਸਟ ਹੈ, ਬੰਦਾ ਵੀ ਜਿਹੜਾ ਪੈਸੇ ਖਰਚ ਕੇ ਆਊਗਾ ਉਹਦੀ ਵੇਸਟੇਜ ਆਫ ਮਨੀ ਹੈ। ਨੈਕਸਟ ਟਾਈਮ ਟਾਈਮ ਵੈਸੇ ਖਰਾਬ ਹੋ, ਇੰਡੀਆ ਤੋਂ ਅੱਛੀ ਜੋਬ ਛੱਡ ਕੇ ਆਏਗਾ ਜੀ, ਉਹ ਵੀ ਥੋੜਾ ਦਿੱਕਤ ਹੈ। ਬਾਕੀ ਜਿਹੜਾ ਜਿਹੜਾ ਤੁਸੀਂ ਗੁੜਗਾਓਂ ਦਾ, ਪਹਿਲਾਂ ਤੁਸੀਂ ਪੰਜਾਬ ਵੀ ਕੰਮ ਕਰਦੇ ਰਹੇ, ਫਿਰ ਗੁੜਗਾਓਂ, ਜਾਂ ਜੋ ਤੁਸੀਂ ਮਾਹੌਲ ਦੇਖਿਆ ਕੰਮ ਦਾ, ਰਹਿਣ ਸਹਿਣ ਦਾ, ਜੋ ਵੀ ਕੁਛ ਹੈ, ਹੁਣ ਰਜਾਇਨਾ ਅਤੇ ਮੇਰੇ ਖਿਆਲ ਉਹਦੇ ਸਾਹਮਣੇ ਪਿੰਡ ਹੀ ਹੈ, ਇੱਥੇ ਤਾਂ ਪਾਪੂਲੇਸ਼ਨ ਨਹੀਂ ਹੋਣੀ, ਕਿਸ ਤਰ੍ਹਾਂ ਦਾ ਮਾਹੌਲ ਹੈ ਲੋਕਾਂ ਦਾ, ਕਿਸ ਤਰ੍ਹਾਂ ਸਲੂਕ ਹੈ, ਵਰਤਾਵ ਹੈ ਤੁਹਾਡੇ ਨਾਲ, ਤੁਸੀਂ ਯੂ ਆਰ ਅ ਨਿਊ ਕਮਰ, ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਹੁੰਦਾ, ਕਿ ਲੱਗਦਾ ਛੋਟੇ ਜਿਹੇ ਪਿੰਡ 'ਚ ਆ ਗਏ ਜਾਂ ਖਾਲੀ ਖੁੱਲੀ ਆ, ਕੀ ਹੈ ਇੱਥੇ, ਕਿਸ ਤਰ੍ਹਾਂ ਲੱਗਦਾ ਹੈ ਲੋਕ? ਪਹਿਲਾਂ ਤਾਂ ਅਹਿਸਾਸ ਇਹੀ ਹੁੰਦਾ ਕਿਉਂਕਿ ਇੱਥੇ ਸਾਰੇ ਬੰਦਿਆਂ ਨੂੰ ਜੋਬ ਤੱਕ ਆਉਣਾ, ਮੰਡੇ ਟੂ ਫਰਾਈਡੇ ਜੋਬ ਹੈ, ਅਤੇ ਕੋਈ ਕਿਸੇ ਨਾਲ ਇੱਥੇ
ਅਨਟਿਲ ਅਨਲੈਸ ਤੁਸੀਂ ਕਿਸੇ ਨੂੰ ਨੋਨ 'ਚ ਨਹੀਂ ਹੈਗੇ, ਤੁਸੀਂ ਇੰਡੀਆ 'ਚ ਤੁਹਾਡੇ ਕੋਈ ਜਾਣ ਪਹਿਚਾਣ ਨਹੀਂ ਹੈਗੀ, ਯਾ ਅਦਰਵਾਈਜ਼ ਤਾਂ ਸਿਰਫ ਕੰਮ 'ਤੇ ਕੰਮ ਹੀ ਹੈ। ਇੰਡੀਆ ਵਿੱਚ ਆਪਣੇ ਕੋਲ ਬਹੁਤ ਸਾਰੀ ਅਦਰ ਐਕਟੀਵਿਟੀਜ਼ ਹੁੰਦੀਆਂ ਨੇ ਜਿਹੜੀ ਆਪਾਂ ਕੰਮ ਤੋਂ ਬਾਅਦ ਵੀ ਕਰ ਸਕਦੇ ਹਾਂ, ਬਟ ਇੱਥੇ ਆ ਕੇ ਨਹੀਂ ਯਾਰ, ਤੁਸੀਂ ਇੰਨਾ ਥੱਕ ਜਾਂਦੇ ਹੋ ਕਿ ਘਰ ਜਾ ਕੇ ਯਾਰ ਤੁਹਾਨੂੰ ਪਤਾ ਵੀ ਨੈਕਸਟ ਡੇ ਦੀ ਪ੍ਰਿਪਰੇਸ਼ਨ ਕਰਨੀ ਹੈ, ਔਰ ਲਾਈਫ ਦਾ ਇੱਥੇ ਆ ਕੇ ਮੈਨੂੰ ਲੱਗਦਾ ਲਾਈਫ ਬੜੀ ਫਾਸਟ ਹੈ ਯਾਰ, 2 ਮਹੀਨੇ ਹੋ ਗਏ ਪਤਾ ਨਹੀਂ ਚੱਲਦਾ ਯਾਰ ਕਿਵੇਂ ਨਿਕਲ ਰਹੇ ਨੇ। ਇੰਡੀਆ 'ਚ ਆਪਣੇ ਕੋਲ ਬਹੁਤ ਜ਼ਿਆਦਾ ਟਾਈਮ ਹੁੰਦਾ ਆਪਣੇ ਕੋਲ ਬਹੁਤ ਸਾਰੀ ਐਕਟੀਵਿਟੀ ਕਰਨ ਦਾ, ਇੱਥੇ ਆ ਕੇ ਤੁਸੀਂ ਇੰਨੇ ਜ਼ਿਆਦਾ ਉਹ ਨਹੀਂ ਕਰ ਸਕਦੇ ਹੈਗੇ। ਯਾ ਕਿੰਨਾ ਖਰਚਾ ਹੋ ਰਿਹਾ ਪਰ ਮੰਥ ਇੱਥੇ ਰਹਿਣ ਦਾ, ਤੁਹਾਡੇ ਲਿਵਿੰਗ ਐਕਸਪੈਂਸਿਸ ਕਿੰਨੇ ਆ, ਤੁਸੀਂ ਸ਼ੇਅਰ ਕਰਕੇ ਰਹਿ ਰਹੇ ਹੋ, ਇਕੱਲੇ ਰਹਿ ਰਹੇ ਹੋ, ਕਿਸ ਤਰ੍ਹਾਂ ਰਹਿ ਰਹੇ ਹੋ? ਨਹੀਂ ਅਸੀਂ ਸ਼ੇਅਰ ਕਰਕੇ ਰਹੇ, ਅਸੀਂ ਅਪਾਰਟਮੈਂਟ 'ਚ ਰਹਿ ਰਹੇ ਹਾਂ, ਅਪਾਰਟਮੈਂਟ ਦਾ ਇੱਥੇ ਰੈਂਟ ਹੈ 1400, 1400 ਰੈਂਟ ਹੈ ਇੱਥੇ। 1400 ਰੈਂਟ ਹੈ, ਖਾਣ ਪੀਣ ਦਾ ਹੋਰ, ਬਾਕੀ ਟ੍ਰਾਂਸਪੋਰਟੇਸ਼ਨ ਉਹਦਾ ਹੋਰ, ਮਿਸਲੀ ਉੱਪਰ ਦਾ ਖਰਚਾ ਕਿੰਨਾ ਹੈ? ਹਾਂ ਮਤਲਬ $500-600 ਤੁਸੀਂ ਉੱਪਰ ਲਗਾ ਕੇ ਚੱਲੋ ਜੀ, $600 $2000 ਦਾ ਖਰਚਾ ਹੈ ਹੀ ਹੈ, ਯਾ ਸੋਰਸ ਤਾਂ ਹਾਂਜੀ ਹੈ, ਨਗਦ ਖਰਚਾ ਬਿਲਕੁਲ। 2000 ਡਾਲਰ ਦਾ ਖਰਚਾ ਹੀ ਹੈ ਹਾਲੀ ਤੇ। ਤੁਹਾਡੇ ਜਿਹੜੇ ਮਿਸਿਜ਼ ਵਗੈਰਾ ਬੱਚੇ ਵਗੈਰਾ ਨਹੀਂ ਆਏ ਤੇ ਜਦੋਂ ਆ ਜਾਣਗੇ ਤੁਹਾਨੂੰ ਇਕੱਲਾ ਅਪਾਰਟਮੈਂਟ ਲੈਣਾ ਪਏਗਾ, ਫਿਰ ਕਾਰ ਇੰਸ਼ੋਰੈਂਸ ਮੈਡੀਕਲ ਫਲਾਨਾ ਇਹ ਸਭ ਲੈਣਾ ਪਏਗਾ, ਫਿਰ ਤੇ ਯੈਸ ਤੁਹਾਨੂੰ ਮਤਲਬ ਕਿ ਮਿਨੀਮਮ $3000 ਦਾ ਖਰਚਾ ਨਜ਼ਰ ਆ ਰਿਹਾ ਮੈਨੂੰ। ਹਾਂਜੀ ਹਾਂਜੀ, ਫਿਰ ਮੈਂ ਉਸ ਲੈਵਲ ਤੇ ਪਹੁੰਚ ਜੂੰਗਾ ਕਿ ਜਿੰਨਾ ਮੈਂ ਇੰਡੀਆ ਦੇ ਵਿੱਚ ਕਮਾ ਰਿਹਾ ਸੀਗਾ ਉਹ ਮੈਂ ਇੱਥੇ ਕਮਾ ਕੇ ਉਹਨਾਂ ਸਾਰਾ ਦਾ ਸਾਰਾ ਖਰਚਾ ਹੀ ਕਰ ਰਿਹਾ ਇੱਥੇ, ਜੋੜ ਕੁਛ ਨਹੀਂ ਜੋੜ ਰਿਹਾ। ਇੰਡੀਆ ਵਿੱਚ ਫਿਰ ਵੀ ਤੁਸੀਂ 1 ਲੱਖ ਕਮਾ ਕੇ 50,000 ਜੋੜ ਸਕਦੇ ਹੋ, 50,000 ਬਹੁਤ ਹੈ ਤੁਹਾਡੇ ਪਰਸਨਲੀ ਮਿਡਲ ਕਲਾਸ ਫੈਮਿਲੀ ਨੂੰ, ਬਟ ਇੱਥੇ ਤੁਸੀਂ ਟੈਕਸ ਹੀ ਬਹੁਤ ਕੱਟ ਜਾਂਦਾ ਸਰ, 32% ਆਈ ਥਿੰਕ, 29% ਮੈਂ ਟੈਕਸ ਪੇ ਕਰ ਰਿਹਾ ਇੱਥੇ। ਓ ਯਾ, ਤਾਂ ਤੁਸੀਂ ਕਦੇ ਸੋਚਿਆ ਨਹੀਂ ਸੀ ਕਿ ਵੀ ਇੰਨਾ ਤੁਸੀਂ 1/3 ਟੈਕਸ ਦਿਓਗੇ ਕੈਨੇਡਾ ਜਾ ਕੇ? ਇੰਡੀਆ ਵਾਲੇ ਤਾਂ ਇੰਨਾ ਟੈਕਸ ਦਿੰਦੇ ਨਹੀਂ ਸ਼ਾਇਦ। ਇੰਨਾ ਨਹੀਂ ਸੋਚਿਆ ਮੈਂ ਵੀ ਇੰਨਾ ਟੈਕਸ ਦੇਣਾ ਪਏਗਾ ਯਾਰ, ਬੰਦਾ ਵੀ ਅੱਛਾ ਕਹਿੰਦਾ ਤੁਹਾਡੀ ਯਾਰ ਅਗਰ ਇੰਨੀ ਸੈਲਰੀ ਹੈ ਤਾਂ ਇੰਨਾ ਟੈਕਸ, ਮਤਲਬ 30% ਵੀ ਤੁਹਾਡਾ ਤੀਜਾ ਹਿੱਸਾ ਟੈਕਸ ਹੀ ਚਲਾ ਗਿਆ ਜੀ। ਇਹ ਇਹ ਤੁਹਾਡੇ ਜਿਹੜੇ ਇਹ ਜਵਾਬ ਜਿਹੜਾ ਤੁਸੀਂ ਦੱਸਿਆ ਨਾ, ਇਹ ਜਵਾਬ ਹੈ ਉਸ ਚੀਜ਼ ਦਾ ਜਿਹੜੇ ਲੋਕ ਇੰਡੀਆ ਬੈਠ ਕੇ ਸੋਚਦੇ ਆ ਵੀ ਕੈਨੇਡਾ ਸਭ ਕੁਝ ਫਰੀ ਹੈ ਜੀ, ਫਰੀ ਐਜੂਕੇਸ਼ਨ ਹੈ ਜੀ, ਫਰੀ ਮੈਡੀਕਲ ਹੈ ਜੀ ਉੱਥੇ ਜੀ, ਫਰੀ ਹੈ ਜੀ, ਫਰੀ ਗ੍ਰਾਂਟ ਹੈ ਜੀ, ਸਭ ਕੁਝ ਫਰੀ ਫਰੀ ਹੈ ਇੱਥੇ, ਤੁਹਾਡਾ ਤਾਂ ਫਰੀ ਕੀ ਨਹੀਂ ਹੈ ਕਿਉਂਕਿ ਆਪਣੀ ਤਨਖਾਹ ਤੋਂ ਕਟਾ ਕੇ ਤੁਸੀਂ ਇੱਕ ਤਿਹਾਈ ਦੇ ਰਹੇ ਹੋ। ਯੈਸ ਫਰੀ ਹੈ, ਅਗਰ ਫਰੀ ਵੀ ਹੈ ਤਾਂ ਫਰੀ ਮਿਲਦਾ ਨਹੀਂ ਹੈ, ਮੈਡੀਕਲ ਫਰੀ ਹੈ ਲੇਕਿਨ ਮੈਡੀਕਲ ਮਿਲਦੀ ਨਹੀਂ ਹੈ ਇੱਥੇ। ਓ ਮਾਈ ਗਾਡ, ਦੈਟਸ ਕ੍ਰਾਈ। ਅੱਛਾ ਇੱਕ ਗੱਲ ਹੋਰ ਦੱਸੋ ਕਿ ਜਿਹੜੇ ਲੋਕ ਤੁਹਾਡੀ ਜਿਹੜੀ ਕਨਵਰਸੇਸ਼ਨ ਨੂੰ ਇਸ ਵਕਤ ਸੁਣ ਰਹੇ ਹੈ, ਜਿਹੜੇ ਆਟੋਮੋਟਿਵ ਮਕੈਨਿਕ ਜਿਹੜੇ ਦੁਬਈ ਬੈਠੇ ਹੈ, ਕਿਉਂਕਿ ਸਾਡੇ ਕੋਲ ਤਾਂ ਰੋਜ਼ ਹੀ ਰੈਜ਼ਿਊਮੇ ਭੇਜੇ ਜਾਂਦੇ ਕਿ ਬੀ ਆਈ ਐਮ ਆਲਸੋ ਆਟੋਮੋਟਿਵ ਮਕੈਨਿਕ, ਆਈ ਐਮ ਫਲਾਨਾ ਇਹ ਵੈਲਡਰ ਇਨ ਦੁਬਈ ਜਾਂ ਇਨ ਪੰਜਾਬ ਜਾਂ ਸਮਥਿੰਗ, ਉਹਨਾਂ ਲਈ ਇੱਕ ਕੋਈ ਐਡਵਾਈਸ ਕੀ ਹੈ ਕਿ ਕੀ ਕਰ ਸਕਦੇ ਹੈ, ਜਿਸ ਤਰ੍ਹਾਂ ਤੁਸੀਂ ਉਹ ਤੁਹਾਡੇ ਤਜੁਰਬੇ ਐਕਸਪੀਰੀਅੰਸ ਤੋਂ ਸਿੱਖੇ, ਵਟ ਕੈਨ ਦੇ ਡੂ ਰਾਈਟ ਨਾਓ ਟੂ ਹੈਲਪ ਦੈਮ? ਦੇਖੋ ਅਗਰ ਉਹਨੂੰ ਹਰੇਕ ਬੰਦੇ ਨੂੰ ਆਪਣਾ ਪਤਾ ਹੈ ਕਿ ਉਹ ਕਿਸ ਲੈਵਲ ਤੇ ਹੈ ਇਸ ਟਾਈਮ ਇਸ ਫੀਲਡ ਦੇ ਵਿੱਚ, ਟੈਕਨੀਕਲ ਫੀਲਡ ਦੇ ਵਿੱਚ, ਅਗਰ ਤੁਸੀਂ ਇਨਫ ਸਟਰੋਂਗ ਹੋ ਟੈਕਨੀਕਲ ਦੇ ਵਿੱਚ, ਇਫ ਯੂ ਕੈਨ ਡੂ ਡੂ ਵਰਕ ਸਿੰਗਲ ਪਰਸਨ, ਐਜ ਏ ਸਿੰਗਲ ਪਰਸਨ ਤੁਸੀਂ ਕੰਮ ਕਰ ਸਕਦੇ ਹੋ ਕਿਸੇ ਵੀ ਗੱਡੀ ਦਾ, ਮੀਨਸ ਤੁਹਾਨੂੰ ਕੋਈ ਦਿੱਤਾ ਜਾਵੇ ਯਾਰ ਤੁਸੀਂ ਇੰਜਨ ਚੇਂਜ ਕਰਨਾ, ਯੂ ਹੈਵ ਓਨਲੀ 8 hours ਔਰ 10 hours, ਤੁਹਾਨੂੰ ਤੁਸੀਂ ਕੈਪੇਬਲ ਹੋ 8 to 10 ਘੰਟੇ ਦੇ ਵਿੱਚ ਇੰਜਨ ਚੇਂਜ ਕਰਨ ਦੇ ਲਈ, ਦੈਨ ਯੂ ਡੈਫੀਨੇਟਲੀ ਥਿੰਕ ਅਬਾਊਟ ਟੂ ਕਮ ਇਨ ਕੈਨੇਡਾ। ਅਦਰਵਾਈਜ਼ ਜਿਵੇਂ ਇੰਡੀਆ ਦੇ ਵਿੱਚ ਕੰਮ ਹੈ, ਕੋਈ ਗੱਲ ਨਹੀਂ ਯਾਰ, ਕਸਟਮਰ ਨੇ ਗੱਡੀ ਦੇ ਦਿੱਤੀ ਹੈ ਅੱਜ ਨਹੀਂ ਤਾਂ ਕੱਲ੍ਹ ਦੇ ਦਾਂਗੇ ਪਰਸੋਂ, ਇਸ ਤਰ੍ਹਾਂ ਦਾ ਨਹੀਂ ਹੈ, ਕਿਉਂਕਿ ਇੰਪਲੋਇਰ ਤੁਹਾਨੂੰ ਇੱਥੇ ਪੇਡ ਆਵਰਲੀ ਹਿਸਾਬ ਨਾਲ ਪੇਡ ਕਰ ਰਿਹਾ ਹੈ, ਅਤੇ ਉਹਨੇ ਵੀ ਤੁਹਾਡੇ ਕੋਲ ਫਿਰ ਪੇਡ ਉਸ ਹਿਸਾਬ ਨਾਲ ਕੰਮ ਲੈਣਾ ਕਿ ਤੁਸੀਂ ਜਿਹੜੇ ਜੋਬ ਜਿਹੜੇ ਤੁਸੀਂ ਆਵਰਸ ਪੇਡ ਤੁਹਾਨੂੰ ਦੇ ਰਿਹਾ ਉਹੀ ਜਿਹੜੇ ਆਵਰਸ ਨੇ ਉਹਨੇ ਕਸਟਮਰ ਨੂੰ ਬਿਲ ਕਰਨੇ ਨੇ, ਤੁਸੀਂ ਇੱਕ ਕੰਮ ਹੈ ਉਹਦੇ ਲਈ 12 ਘੰਟੇ ਲਗਾ ਰਹੇ ਹੋ, ਬਟ ਐਕਚੁਅਲ ਜੋ ਉਹਦੀ ਲੇਬਰ ਜੋਬ ਹੈ ਐਜ਼ ਪਰ ਦਾ ਸਿਸਟਮ 6 ਘੰਟੇ ਹੀ ਹੈ, ਅਤੇ ਕਸਟਮਰ ਤਾਂ ਸਿਰਫ 6 ਘੰਟੇ ਦੇ ਪੇ ਕਰੇਗਾ, ਬਟ ਤੁਸੀਂ 12 ਘੰਟੇ ਲਗਾ ਤੇ, ਅਤੇ ਫਿਰ ਮਾਲ ਓਨਰ ਤਾਂ ਕਹੇਗਾ ਯਾਰ ਯੂ ਆਰ ਵੇਸਟਿੰਗ ਯੋਰ ਟਾਈਮ। ਜੀ 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 ਉਹ ਬੰਦੇ ਇੱਥੇ ਕਾਮਯਾਬ ਨੇ ਜਿਹੜੇ ਬੇਸਿਕਲੀ ਬੇਸਿਕ ਸਟਰੋਂਗ ਆ ਜਿਹਨਾਂ ਦਾ ਆਟੋਮੋਟਿਵ ਦਾ, ਇਹ ਨਹੀਂ ਹੈ ਕਿ ਤੁਸੀਂ 4-5 ਸਾਲ ਤੋਂ ਕੰਮ ਕਰ ਰਹੇ ਹੋ ਔਰ ਲੇਕਿਨ ਤੁਹਾਡਾ ਬੇਸਿਕ ਕਲੀਅਰ ਨਹੀਂ ਹੈ ਆਟੋਮੋਟਿਵ ਦਾ, ਇੱਥੇ ਆ ਕੇ ਫਿਰ ਉਹ ਬੜਾ ਮੁਸ਼ਕਿਲ ਹੋਏਗਾ ਉਹਨਾਂ ਲਈ, ਤੁਸੀਂ ਪੈਸੇ ਵੀ ਖਰਚ ਕੇ ਆਓਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੈ ਇੱਥੇ ਆ ਕੇ। ਜਿਹੜੇ ਆਟੋਮੋਟਿਵ ਮਕੈਨਿਕ ਇੰਡੀਆ ਬੈਠੇ ਆ ਉਹਨਾਂ ਨੂੰ ਫਿਰ ਆਈਲੈਸ ਦੀ ਵੀ ਲੋੜ ਹੈ, ਇੰਗਲਿਸ਼ ਦੀ ਵੀ ਉਹਨਾਂ ਨੂੰ ਕਰਨੀ ਜ਼ਰੂਰੀ ਹੈ, ਇੰਗਲਿਸ਼ ਤੇ ਗੱਲਬਾਤ ਕਰਨਾ ਆਈਲੈਸ ਵਾਲਾ ਉਹ ਵੀ ਚਾਹੀਦਾ ਹੈ ਨਾ, ਰਾਈਟ? ਆਈਲੈਸ ਤਾਂ ਚਾਹੀਦੀ ਹੈ ਜੀ, ਆਈਲੈਸ ਵੀ ਚਾਹੀਦਾ ਤੇ ਟੈਕਨੀਕਲ ਟ੍ਰੇਨਿੰਗ ਆ ਸਾਰਾ। ਅੱਛਾ ਉਹਦੇ ਬਾਅਦ ਅਗਲਾ ਚੈਲੇਂਜ ਹੈ ਕਿ ਵਿਜ਼ਟਰ ਵੀਜ਼ਾ ਉਹਨਾਂ ਨੂੰ ਨਹੀਂ ਮਿਲੇਗਾ ਤੇ ਟੈਸਟ ਕਿਵੇਂ ਦੇਣੇ ਆਣਗੇ? ਵਿਜ਼ਟਰ ਵੀਜ਼ਾ ਮਿਲਣਾ ਬੜਾ ਮੁਸ਼ਕਲ ਹੈ ਉਹਨਾਂ ਲਈ, ਯਾ ਵਿਜ਼ਟਰ ਵੀਜ਼ਾ ਵੀ ਤਾਂ ਹੈ ਨਾ ਚੱਕਰ ਇਹ ਸਾਰਾ। ਇਹ ਤੇ ਤੁਹਾਡੇ ਲਈ ਈਜ਼ੀ ਹੈ ਕਿ ਤੁਸੀਂ ਆਲਰੇਡੀ ਪਹੁੰਚ ਗਏ ਹੋ, ਜਿਹੜੇ ਲੋਕ ਪਹੁੰਚੇ ਨਹੀਂ ਹੈ, ਜਿਹੜੇ ਆਲਰੇਡੀ ਬੈਠੇ ਆ ਸੋਚ ਰਹੇ ਸਪਨਾ ਦੇਖਦੇ ਆ ਕਿ ਮੈਂ ਸੈਸਕਰ ਨੂੰ ਜਾ ਕੇ ਟੈਸਟ ਲੈਣਾ, ਦੇ ਨੀਡ ਅ ਵਿਜ਼ਟਰ ਵੀਜ਼ਾ ਆਲਸੋ। ਵਿਜ਼ਟਰ ਵੀਜ਼ਾ ਲਈ ਉਹ ਡਾਕੂਮੈਂਟੇਸ਼ਨ ਵੀ ਪੂਰੇ ਹੋਣੇ ਚਾਹੀਦੇ, ਡੈਟ ਮੀਨਸ ਦੇ ਮਸਟ ਹੈਵ ਆਲ ਦੋਸ ਜਿਹੜਾ ਤਾਮ ਜਹਾਮ ਹੈ ਸਾਰਾ, ਬੈਂਕ ਸਟੇਟਮੈਂਟ ਵਗੈਰਾ ਜੋ ਵੀ ਕੁਛ ਹੈ ਸਾਰਾ, ਬੈਂਕ ਸਟੇਟਮੈਂਟ, ITR, ਤੁਹਾਡੇ ਫਾਰਮ 16, ਤੁਹਾਡੀ ਕਿਸੇ ਆਟੋਮੋਟਿਵ ਕੰਪਨੀ ਤੋਂ ਹੀ ਆ ਰਹੇ ਨੇ ਤਾਂ ਬੈਟਰ ਹੈ, ਜਿਵੇਂ ਤੁਹਾਨੂੰ ਮੈਂ ਜਦੋਂ ਤੁਸੀਂ ਇੱਕ ਵਾਰੀ ਫਾਈਲ ਚੈੱਕ ਕੀਤੀ ਸੀਗੀ, ਕਈ ਲੋਕ ਕੀ ਕਰਦੇ
ਔਰ 25-30 ਹਜ਼ਾਰ ਸੈਲਰੀ ਨੂੰ ਕੋਈ ਮੈਟਰ ਨਹੀਂ, ਉਹ ਇਹਨਾਂ ਨੇ ਦੇਖਦੇ ਹੈਗੇ ਯਾਰ, ਉਹਨੂੰ ਕੋਈ ਉਹ ਨਹੀਂ ਸਮਝਦੇ ਯਾਰ 25-30 ਹਜ਼ਾਰ ਸੈਲਰੀ ਤੁਸੀਂ 25-30 ਹਜ਼ਾਰ ਦਾ ਮਤਲਬ ਹੋ ਗਿਆ ਤੁਸੀਂ ITR ਨਹੀਂ, ਤੁਹਾਡੀ ITR ਸਟਰੋਂਗ ਨਹੀਂ ਹੈਗੀ, ਤੁਸੀਂ ਜੀ ਇਨਕਮ ਜੀ ਟੈਕਸ ਨਹੀਂ ਪੇ ਕਰ ਰਹੇ ਹੈਗੇ। 25,000 ਤੇ ਮਤਲਬ ਉਹ ਹੀ ਹੋਇਆ 2.5 ਲੱਖ ਰੁਪਏ ਸਾਲ ਦਾ ਹੋਇਆ ਜਾ ਰਹਾ ਤੇ ਨਹੀਂ। ਹਾਂ ਫਿਰ ਤੁਸੀਂ ਇਨਕਮ ਟੈਕਸ ਨਹੀਂ ਪੇ ਕਰ ਰਹੇ ਨਾ, ਇਸ ਕਰਕੇ ਉਹ ਮੈਟਰ ਨਹੀਂ ਕਰਦਾ ਹੈਗਾ। ਬਟ ਯੈਸ, ਤੁਹਾਡੀ ਇੰਡੀਆ ਵਿੱਚ ਹੀ ਪੋਜੀਸ਼ਨ ਜਿਹੜੀ ਤੁਹਾਡੀ ਬੜੀ ਸਟਰੋਂਗ ਹੋਣੀ ਚਾਹੀਦੀ ਹੈ ਐਜ਼ ਏ ਆਟੋਮੋਟਿਵ ਟੈਕਨੀਸ਼ੀਅਨ। ਚਲੋ ਬਹੁਤ ਅੱਛਾ ਲੱਗਿਆ ਤੁਸੀਂ ਆਏ ਹੋ, ਤੁਹਾਡੀ ਜਿਹੜੀ ਫੀਡਬੈਕ ਲੋਕਾਂ ਨੇ ਸੁਣੀ ਹੈ, ਐਂਡ ਆਈ ਐਮ ਸ਼ੋਰ ਦੇ ਵਿਲ ਗੈਟ ਸਮ ਗਾਈਡੈਂਸ ਔਨ ਦਿਸ। ਐਂਡ ਬਹੁਤ ਸਾਰੇ ਆਈ ਗੈਟ ਲੋਟ ਆਫ ਇਨਕੁਆਇਰੀਜ਼ ਔਨ ਅ ਡੇਲੀ ਬੇਸਿਸ, ਸਪੈਸ਼ਲੀ ਫਰੋਮ ਮਿਡਲ ਈਸਟ ਏਰੀਆ, ਜਿਸ ਤਰ੍ਹਾਂ ਹੁਣ ਕੁਵੈਤ ਹੈ, ਓਮਾਨ ਹੈ, ਦੁਬਈ, ਉੱਥੇ ਕਾਫੀ ਹੈ ਆਪਣੇ ਟੈਕਨੀਕਲ ਟ੍ਰੇਡਸ ਵਾਲੇ ਲੋਕ ਜਿਹੜੇ ਬਟ ਆਈ ਥਿੰਕ ਇਲੈਕਟ੍ਰੀਸ਼ੀਅਨ। ਯਾ ਬਟ ਆਈ ਥਿੰਕ ਜਿਹੜੇ ਕੁਵੈਤ ਨੇ ਜਾਂ ਦੁਬਈ 'ਚ ਨੇ, ਉਹ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਇੰਡੀਆ ਦੇ ਟੈਕਨੀਸ਼ੀਅਨ ਨਾਲੋਂ ਅੱਛੀ ਪੋਜੀਸ਼ਨ ਹੈ, ਮੈਂ ਸਮਝਦਾ ਜੀ ਇਸ ਚੀਜ਼ ਨੂੰ, ਜਿਹੜੇ ਮਿਡਲ ਐਬਸੋਲੂਟਲੀ, ਨੋ ਡਾਊਟ ਕਿ ਉਹਨਾਂ ਦੀ ਅੱਛੀ ਹੈ, ਲੇਕਿਨ ਪ੍ਰੋਬਲਮ ਪ੍ਰੋਬਲਮ ਮੈਂ ਮਿਡਲ ਈਸਟ ਵਾਲੇ ਜਿਹੜੇ ਐਪਲੀਕੈਂਟਸ ਹੈ, ਪ੍ਰੋਬਲਮ ਮੈਂ ਜ਼ਰੂਰ ਉਹ ਇਹ ਰਿਕਗਨਾਈਜ਼ ਕਰਦਾ ਕਿ ਉਹ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ, ਐਕਸਪੀਰੀਅੰਸ ਜ਼ਰੂਰ ਹੈ, ਉਹ ਲੇਬਰ ਤੋਂ ਉੱਠ ਕੇ ਐਕਸਪੀਰੀਅੰਸ ਕਰਕੇ ਆਪਣੇ ਪਹੁੰਚੇ ਹੋਏ ਹਨ, ਨੰਬਰ 1। ਦੂਸਰਾ, ਇੰਗਲਿਸ਼ ਦੀ ਉਹਨਾਂ ਨੂੰ ਪ੍ਰੋਬਲਮ ਹੈ, ਇੰਡੀਆ ਦੇ ਜਿਹੜੇ ਟੈਕਨੀਸ਼ੀਅਨ ਉਹਨਾਂ ਨੂੰ ਇੰਗਲਿਸ਼ ਦੀ ਪ੍ਰੋਬਲਮ ਨਹੀਂ ਹੈ, ਲੇਕਿਨ ਮਿਡਲ ਈਸਟ ਦੇ ਟੈਕਨੀਸ਼ੀਅਨ ਉਹਨਾਂ ਨੂੰ ਇੰਗਲਿਸ਼ ਦੀ ਪ੍ਰੋਬਲਮ ਹੈ। ਤੀਸਰੀ ਪ੍ਰੋਬਲਮ ਇੱਕ ਹੋਰ ਵੀ ਹੈ, ਜਿੰਨੀ ਵੀ ਤਨਖਾਹ ਉਹਨਾਂ ਨੂੰ ਮਿਲਦੀ ਹੈ, ਉਹਨਾਂ ਕੋਲ ਆਪਣੇ ਬੈਂਕ ਸਟੇਟਮੈਂਟ ਕੁਝ ਪੈਸਾ ਨਹੀਂ, ਉਹ ਸਾਰਾ ਇੰਡੀਆ ਨੂੰ ਭੇਜ ਦਿੰਦੇ। ਯੈਸ, ਸੋ ਹੁਣ ਕਈ ਵਾਰ ਮੈਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਦੁਬਈ ਕੰਮ ਕਰਦੇ ਹੋ, ਤੁਹਾਡੇ ਕੋਲ ਕੋਈ ਪੈਸਾ ਹੈ ਸ਼ੋ ਕਰਨ ਲਈ, ਫੰਡਸ ਕਿੱਦਾਂ? ਉਹ ਕਹਿੰਦੇ ਸਾਡੇ ਕੋਲ ਤਾਂ ਪੈਸਾ ਹੈ ਹੀ ਨਹੀਂ, ਅਸੀਂ ਰੱਖਦੇ ਹੀ ਨਹੀਂ ਇੱਥੇ, ਕੀ ਕਰਨਾ ਰੱਖਿਆ, ਅਸੀਂ ਤਾਂ ਇੰਡੀਆ ਭੇਜਤਾ ਜੀ ਆਪਣੇ ਬ੍ਰਦਰ ਨੂੰ ਜਾਂ ਵਗੈਰਾ। ਸੋ ਦੈਟਸ ਅਨਦਰ ਕੰਪਲੀਕੇਸ਼ਨ। ਸੋ ਇਸ ਕਰਕੇ ਉਹ ਫਿਰ ਉੱਥੇ ਜਿਹੜੇ ਸਫ਼ਰ ਕਰ ਜਾਂਦੇ ਆ, ਪਰ ਨਾਟ ਆਲ ਦ ਟਾਈਮ। ਆਈ ਮੀਨ ਆਈ ਰੀਸੈਂਟਲੀ ਹੈਡ ਗਾਇ ਹੂ ਵਾਜ਼ ਅ ਇੰਡਸਟਰੀਅਲ ਇਲੈਕਟ੍ਰੀਸ਼ੀਅਨ, ਉਹ ਆਇਆ ਸੀ ਐਕਚੁਅਲੀ, ਹੀ ਕੇਮ ਇਨ ਵੈਨਕੂਵਰ ਰੀਸੈਂਟਲੀ, ਉੱਥੇ ਕੰਮ ਕਰਦਾ ਸੀ ਦੁਬਈ, ਐਂਡ ਪਤਾ ਨਹੀਂ ਉਹ ਇਗਜ਼ਾਮ ਉਹ ਪਾਸ ਹੋਇਆ ਕਿ ਨਹੀਂ, ਉਹਨੇ ਇਗਜ਼ਾਮ ਵੀ ਦਿੱਤਾ ਉਹਨੇ BC ਜਾ ਕੇ, ਸੋ ਐਕਚੁਅਲੀ ਉਹਦਾ ਦੇ ਚੁੱਕੇ ਐਗਜ਼ਾਮਿਨੇਸ਼ਨ। ਆਈ ਡਿਡਨਟ ਚੈੱਕ ਵਿਦ ਹਿਮ ਕਿ ਉਹਦਾ ਰਿਜ਼ਲਟ ਆਇਆ ਕਿ ਨਹੀਂ ਆਇਆ, ਪਰ ਹੀ ਗੋਟ ਦ ਵੀਜ਼ਾ ਫਰੋਮ ਅਬੂ ਧਾਬੀ ਦੋ, ਬਾਏ ਦ ਵੇ, ਸੋ ਵਿਜ਼ਟਰ ਵੀਜ਼ਾ। ਸੋ ਇਟਸ ਨਾਟ ਆਲਵੇਜ਼ ਕਿ ਹਰੇਕ ਨੂੰ ਪ੍ਰੋਬਲਮ ਹੈ, ਸਮ ਪੀਪਲ ਆਰ ਕੁਆਲੀਫਾਈਡ, ਸਮ ਉਹਨਾਂ ਦੀ ਇੰਗਲਿਸ਼ ਵੀ ਅੱਛੀ ਹੈ, ਸੋ ਕੋਈ ਚੱਕਰ ਨਹੀਂ, ਇੱਕ ਇੱਕ ਕਰਕੇ ਚਲੀ ਜਾ ਰਿਹਾ ਬਸ ਇਸ ਤਰ੍ਹਾਂ ਹੀ। ਠੀਕ ਹੈ ਜੀ ਕਮਲਦੀਪ, ਥੈਂਕ ਯੂ ਵੈਰੀ ਮੱਚ, ਐਂਡ ਥੈਂਕ ਯੂ ਵੈਰੀ ਮੱਚ ਫੋਰ ਯੋਰ ਰਿਸਪੋਂਸ, ਐਂਡ ਆਈ ਹੋਪ ਟੂ ਸੀ ਯੂ ਸਮ ਟਾਈਮ ਇਨ ਐਡਮਿੰਟਨ।